आम आदमी पार्टी ते कांग्रेस पार्टी की भी समस्या यही है कि यह मुल्क दी ते पंजाब दी हकीकत नूं समझण तों असमर्थ ने सही रूप केजरीवाल उही आ ना जिहड़ा कहिंदा सी कल्ले चढ़ांगे किसे नाल समझौता नहीं करांगे। मोदी का बदल केजरीवाल आ इस कम नूं प्रचारन खातर पंजाब दा खजाने दा उजाड़ा जिन्ना कीता जा रहा इह आरटीए रही तुहाडे सामने पिया भगवंत मान मारदा शाला नहीं है 13 जित के दिखाऊ थोनू एक जलंधर दी सीट सी कैंडीडेट तो तुसी उधारा लिया लभ्या नहीं 13 कैंडीडेट कित्थों लभ लोगे है ये तो दिक्कत सारे की पर मालवे च बहुत ज्यादा माझे च थोड़ी थोड़ी है वो कहंदे भी अकाली दल दा की बनू सुखबीर सिंह बादल दा की बन रहा लोक सभा दे कुछ नहीं बनना इहदा बादल साहब ने ना व्यंग कीता मनमोहन सिंह जी इन्नी बख्शिश की है सच्चे पातशाह ने तुसी प्रधानमंत्री हो पंजाब दे दुखां दा भी कोई इलाज करो पंजाब दी मंगां दी भी गल करो सच्चा बनने की कोशिश की। मनमोहन सिंह ने तह लाती कहना बादल साहब तुसी मैनूं जिन्नी वार मिलियो निजी कम्मां लई मिलियो पब्लिकली कहा कदे तुसी पंजाब दा सिखां दा मसला मेरे कोले लैके आए हो ये डुल्ले वीरां दा कुछ नहीं बनना जे हुण इन्हां ने कोई फैसला लै लिया जिवें बहुत बाले तां इही है ना भी गल भी जे बादल परिवार पासे हो रहे जां मेन कोई आके भी जे कोई ओहो जा कोई फैसला लैंदे आ इह हुण हो सकदा कुछ के फिर भी पहली गल जी बादल परिवार नूं पासे करके इन्हां तों चोणी नहीं लैणियां जाणियां क्योंकि जिन्नी माया इकट्ठी कीती आ जिन्ने कारपोरेटर नाल समझौते कीते ने थर्म नाल समझौते कीते ने ओहदा ओह तारनगे ना फंड तां ओही देणगे। सिर्फ एक नवजोत सिंह सिद्धू आ जिन्हें डट के अलायंस की मदद की है। मोदी कैरी कर रहा है बैठा हो दूजे पासे आ रूह किते आ जिस्म किते आ भी पता नहीं ये चलू ना चलू क्योंकि प्रॉब्लम क्रिएटर आ ओह क्योंकि उहदी सोच ते सेहत आ जिहड़ी मोदी वाली आरएसएस वाली आ एड्डी बुरी तरह एक घिर गए कह लो जब मजबूरी दे विच इंडियन इंडिया अलायंस च आ गए उत्थों इन्हां नूं भज्जणा हुण औखा हुण जे उत्थों भज्जदे ने इन्हां नाल ओह होणी आ भी धोबी दा कुत्ता ना घर दा ना घट दा ਤੇ ਜਿਹੜੇ ਕਹਿੰਦੇ ਹੁੰਦੇ ਸੀ ਵੀ ਲੱਕੜ ਬੱਗੇ ਆ ਗਏ ਬਘਿਆੜ ਆ ਗਏ ਬਿੱਲੀਆਂ ਇਕੱਠੀਆਂ ਹੋ ਗਈਆਂ ਇਹਨਾਂ ਨੂੰ ਜਦੋਂ ਇਕੱਠੇ ਹੋਣ ਲੱਗ ਜਾਣ ਤਾਂ ਪਤਾ ਹੁੰਦਾ ਵੀ ਪਰਲੇ ਪਾਸੋਂ ਸ਼ੇਰ ਤੇ ਆਉਂਦਾ ਤੇ ਹੁਣ ਇਹ ਫਿਰ ਤਾਂ ਆਪ ਉਸੇ ਭਗਵੰਤ ਮਾਨ ਜੀ ਦੇ ਭਗਵੰਤ ਮਾਨ ਦੇ ਤਾਂ ਸੁਪਨੇ 'ਚ ਵੀ ਨਹੀਂ ਉਹਨੂੰ ਪਤਾ ਹੋਣਾ ਵੀ ਜੋ ਕੁਛ ਮੈਂ ਬੋਲਣਾ ਮੈਨੂੰ ਇਹਨਾਂ ਦੇ ਸਨਮੁਖ ਹੋਣਾ ਪਊਗਾ ਚਾਹੇ ਉਹ ਸਿਕਿਉਰਿਟੀ ਬਾਰੇ ਬੋਲਦਾ ਚਾਹੇ ਉਹ ਸੁਰੱਖਿਆ ਬਾਰੇ ਬੋਲਦਾ ਚਾਹੇ ਉਹ ਮਤਲਬ ਜਿਹੜੇ ਜਿਵੇਂ ਉਹਨਾਂ ਦੇ ਸਾਰਿਆਂ ਦੇ ਯੂਨਿਟੀ ਕਿਉਂਕਿ ਇਹਨਾਂ ਦੀ ਉਦੋਂ ਨੀਤੀ ਇਹ ਸੀ ਮਤਲਬ ਛਿੱਕ ਵੀ ਮਾਰਦੇ ਨੇ ਨਾ ਵੱਡਾ ਫੈਸਲਾ ਲੱਖਾਂ ਦੇ ਇਸ਼ਤਿਹਾਰ ਸੁਪਨਾ ਆ ਜਾਂਦਾ ਕੋਈ ਆਉਣ ਵਾਲੇ ਸਮੇਂ 'ਚ ਦੇ ਰਿਹਾ ਤੁਹਾਨੂੰ ਬੜੀ ਵੱਡੀ ਖੁਸ਼ਖਬਰੀ ਲੱਖਾਂ ਦੇ ਇਸ਼ਤਿਹਾਰ ਖੁਸ਼ਖਬਰੀ ਨਿਕਲਦੀ ਗਿਆ ਪੁੱਟੇ ਆ ਪਹਾੜ ਨਿਕਲ ਆ ਚੁਗਾ ਸਤਿ ਸ਼੍ਰੀ ਅਕਾਲ ਜੀ ਮੈਂ ਰਤਨਦੀਪ ਸਿੰਘ ਢਾਲੀਵਾਲ ਸਵਾਗਤ ਕਰਦੇ ਹਾਂ ਤੁਹਾਡਾ ਟਾਕ ਵਿਦ ਰਤਨ ਦੇ ਵਿੱਚ ਇੱਕ ਹੋਰ ਰਾਜਨੀਤਿਕ ਮੁਲਾਕਾਤ ਅਸੀਂ ਲੈ ਕੇ ਹਾਜ਼ਰ ਹੋਏ ਹਾਂ ਰਾਜਨੀਤੀ ਦੇ ਬਾਰੇ ਗੱਲਾਂ ਬਾਤਾਂ ਕਰਾਂਗੇ ਹਾਲਾਂਕਿ 2024 ਦੇ ਵਿੱਚ ਲੋਕ ਸਭਾ ਇਲੈਕਸ਼ਨ ਤੁਹਾਡੇ ਦਰਵਾਜ਼ੇ ਦੇ ਉੱਤੇ ਆ ਕੇ ਖੜ ਗਿਆ ਹੈਗਾ ਪਰ ਪੰਜਾਬ ਦੀ ਰਾਜਨੀਤੀ ਦੇ ਵਿੱਚ ਇਹ ਲੋਕ ਸਭਾ ਇਲੈਕਸ਼ਨ ਬਹੁਤ ਕੁਛ ਸਤਾਈ ਲਈ ਨਤੀਜੇ ਜਾਂ ਆਪਾਂ ਕਹਿ ਦਈਏ ਸਤਾਈ ਲਈ ਉਹ ਵਿਉਂਤਬੰਦੀ ਘੜੂਗਾ ਜਿਹੜੀ ਵਿਉਂਤਬੰਦੀ ਅਕਾਲੀਆਂ ਲਈ ਵੀ ਭਾਰੂ ਪੈ ਸਕਦੀ ਆ ਕਾਂਗਰਸ ਲਈ ਵੀ ਭਾਰੂ ਪੈ ਸਕਦੀ ਹੈ ਜਾਂ ਆਮ ਆਦਮੀ ਪਾਰਟੀ ਲਈ ਵੀ ਭਾਰੂ ਪੈ ਸਕਦੀ ਆ ਪਰ ਹਾਲਾਂਕਿ ਇਹ ਤਿੰਨੇ ਹੀ ਪਾਰਟੀਆਂ ਆਪਣੇ ਮੂੰਹੋਂ ਕਹਿੰਦੀਆਂ ਵੀ ਸਾਡੇ ਅਗਲੇ ਜਿਹੜੇ ਰਾਹ ਗਏ ਉਹ ਸਖਾਲੇ ਆਉਣਗੇ ਪਰ ਕੁਝ ਲੋਕ ਇਹ ਵੀ ਕਹਿੰਦੇ ਆ ਵੀ ਬੀਜੇਪੀ ਕੁਝ ਅਜਿਹੀ ਚੀਜ਼ ਪੰਜਾਬ ਦੀ ਰਾਜਨੀਤੀ ਦੇ ਵਿੱਚ ਕਰ ਜੂਗੀ ਜਿਹੜੀ ਲੋਕਾਂ ਨੂੰ ਵੀ ਨਹੀਂ ਮਹਿਸੂਸ ਹੋਣੀ ਨਾ ਉਹ ਵੱਡੇ ਵੱਡੇ ਧਨਾਟ ਲੋਕਾਂ ਨੂੰ ਪਤਾ ਲੱਗਣੀ ਆ ਪਰ 27 ਦੇ ਵਿੱਚ ਉਹਦੇ ਨਤੀਜੇ ਸਭ ਦੇ ਸਾਹਮਣੇ ਆਉਣੇ ਆ ਵੱਡਾ ਅਲਾਇੰਸ ਹੋਇਆਗਾ ਸਾਰੇ ਭਾਰਤ ਦੇ ਵਿੱਚ ਤੇ ਹੁਣ ਉਸ ਨੂੰ ਲੈ ਕੇ ਕਾਂਗਰਸ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਪੱਬਾਂ ਭਾਰਾ ਇਹਦੇ ਵਿੱਚ
ਇਹਦੇ ਉੱਤੇ ਗੱਲਬਾਤ ਕਰਾਂਗੇ। ਸਾਡੇ ਨਾਲ ਰਹਿਣਗੇ ਮਾਲਵਿੰਦਰ ਸਿੰਘ ਮਾਲੀ ਜੀ। ਮਾਲੀ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਤਨ ਜੀ, ਠੀਕ ਠਾਕ ਹੋ ਜੀ? ਚੜ੍ਹਦੀ ਕਲਾ। ਮੇਰਾ ਪਹਿਲਾ ਸਵਾਲ ਹੀ ਇਹ ਆ ਵੀ ਕਾਂਗਰਸ ਤੇ ਆਮ ਆਦਮੀ ਪਾਰਟੀ, ਕੱਲ ਹੀ ਹਰਪਾਲ ਸਿੰਘ ਚੀਮਾ ਦਾ ਇੱਕ ਕੋਈ ਨਿੱਜੀ ਪ੍ਰੋਗਰਾਮ ਸੀਗਾ ਸੰਗਰੂਰ ਨਾਭੇ ਏਰੀਏ 'ਚ, ਉੱਥੇ ਇੱਕ ਬਿਆਨ ਆਉਂਦਾ ਗਾ ਵੀ ਸਾਨੂੰ ਛੋਟੇ ਛੋਟੇ ਜਿਹੜੇ ਮਸਲੇ ਭੁੱਲ ਕੇ ਜਾਂ ਉਹ ਗੱਲਾਂ ਭੁੱਲ ਕੇ ਵੀ ਜਿਹੜੀਆਂ ਸਾਡੀ ਵਿਚਾਰਧਾਰਾ ਦੇ ਥੋੜੀਆਂ ਹੀ ਉਲਟ ਆ, ਵੀ ਸਾਨੂੰ ਵੱਡੇ ਕੰਸੈਪਟ ਲਈ ਦੇਖਣਾ ਚਾਹੀਦਾ ਗਾ, ਜਿੱਥੇ ਦੇਸ਼ ਦੀ ਗੱਲ ਆ ਉੱਥੇ ਜਿਨ੍ਹਾਂ ਨੂੰ ਹਰਾਉਣਾ ਗਾ ਉਹ ਬਾਹਲੇ ਮਾੜੇ ਬੰਦੇ ਆ, ਤਾਂ ਸਾਨੂੰ ਮਫਾਦ ਭੁੱਲ ਕੇ ਇੱਕਜੁੱਟ ਹੋ ਕੇ ਲੜਨਾ ਚਾਹੀਦਾ। ਤੁਸੀਂ ਕਿਵੇਂ ਦੇਖਦੇ ਹੋ ਵੀ ਲੜਨਾ ਚਾਹੀਦਾ, ਠੀਕ ਆ, ਹੋਊ ਭਲਾ ਦੇਸ਼ ਦਾ ਜਾਂ ਪੰਜਾਬ ਦਾ? ਨਹੀਂ, ਚਲੋ ਇਹਦਾ ਜਵਾਬ ਤਾਂ ਆਪਾਂ ਇੱਕ ਮਿੰਟ 'ਚ ਦੇ ਸਕਦੇ, ਐਡੀ ਗੱਲ ਨਹੀਂ, ਪਰ ਸਮੱਸਿਆ ਪਤਾ ਕੀ ਆ ਸੀ ਜੀ? ਸਮੱਸਿਆ ਇਹ ਆ ਵੀ ਇਹ ਮੁਲਕ ਜਿਵੇਂ ਜਿਹੋ ਜਿਹਾ ਮੁਲਕ ਆ, ਜਿਹੋ ਜਿਹਾ ਬਣਿਆ, ਜਿਵੇਂ ਇਹਦਾ ਸੰਵਿਧਾਨ ਆ ਜੀ, ਜਾਂ ਜਿਵੇਂ ਕਿਹਾ ਗਿਆ ਇੰਡੀਆ ਇਜ ਏ ਯੂਨੀਅਨ ਆਫ ਸਟੇਟਸ, ਇਹ ਰਾਜਾਂ ਦਾ, ਦੇਸ਼ਾਂ ਦਾ ਦੇਸ਼ ਆ ਜੇ ਆਪਾਂ ਕਹਿ ਲਈਏ, ਇੱਕ ਕੰਟਰੀ ਆ ਇਹ, ਇੱਕ ਨੇਸ਼ਨ ਨਹੀਂ ਹੈਗਾ ਹੁਣ। ਪਰ ਪਿਛਲੇ ਸਮੇਂ ਦੇ ਵਿੱਚ ਸਿਆਸਤ ਜਿੱਧਰ ਨੂੰ ਤੋਰੀ ਗਈ, ਜਿਵੇਂ ਸੋਚਿਆ ਵਿਚਾਰਿਆ ਗਿਆ, ਉਹ ਇੱਕ ਤਰਫਾ ਹੀ ਹੋ ਗਿਆ। ਜਿਵੇਂ ਹਾਈਕਮਾਂਡ ਕਲਚਰ ਆਪਾਂ ਕਹਿ ਦਈਏ ਵੀ ਜੋ ਹਾਈਕਮਾਂਡ ਫੈਸਲਾ ਕਰੂ ਠੀਕ ਆ, ਉਹ ਮੰਨਣਾ ਪਊਗਾ। ਜਿਹੜਾ ਇਹ ਸੀ ਨਾ ਵੀ ਰਾਜਾਂ ਦੇ ਆਪਦੇ ਹੱਕ ਅਧਿਕਾਰ ਨੇ, ਉਹ ਇਕੱਲੇ ਕਾਨੂੰਨ ਨਹੀਂ, ਉਹ ਸਿਆਸੀ ਤੌਰ 'ਤੇ ਵੀ ਨੇ। ਬਾਕੀ ਉਹਨਾਂ ਨੂੰ ਲਗਾਤਾਰ ਅਣਗੌਲਿਆਂ ਕੀਤਾ ਗਿਆ ਅਤੇ ਹਾਈਕਮਾਂਡ ਕਲਚਰ ਭਾਰੂ ਹੋ ਗਿਆ, ਜਿਹਦੇ ਕਰਕੇ ਬੜੀ ਵੱਡੀਆਂ ਸਮੱਸਿਆਵਾਂ ਪੈਦਾ ਹੋਈਆਂ ਸਾਰੇ ਸਿਸਟਮ 'ਚ। ਚਲੋ ਇਹਦਾ ਇੱਕ ਇਤਿਹਾਸ ਆ ਵੀ ਖੇਤਰੀ ਪਾਰਟੀਆਂ ਉੱਭਰੀਆਂ, ਜਾਂ ਫਿਰ ਸਰਕਾਰਾਂ 67 ਤੱਕ ਇਕੱਠੀਆਂ ਚੋਣ ਹੁੰਦੀ ਰਹੀ ਆ, ਫਿਰ ਜਦੋਂ ਖੇਤਰੀ ਪਾਰਟੀਆਂ ਉੱਭਰੀਆਂ ਆਈਆਂ, ਸਮੱਸਿਆਵਾਂ ਆ ਗਈਆਂ, ਸਰਕਾਰਾਂ ਭੰਗ ਕਰਨ ਦੀਆਂ ਗੱਲਾਂ ਆ ਗਈਆਂ, ਫਿਰ ਚੋਣਾਂ ਇਹ ਅੱਡ ਅੱਡ ਹੋਣ ਲੱਗ ਗਈਆਂ। ਜਿਹੜਾ ਅੱਜ ਮੁੜ ਕੇ ਲਿਆਂਦਾ ਜਾ ਰਿਹਾ ਵਨ ਕੰਟਰੀ ਵਨ ਨੇਸ਼ਨ, ਵਨ ਇਲੈਕਸ਼ਨ, ਇਹ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੀ ਵੀ ਸਮੱਸਿਆ ਇਹੀ ਆ ਕਿ ਇਹ ਮੁਲਕ ਦੀ ਅਤੇ ਪੰਜਾਬ ਦੀ ਹਕੀਕਤ ਨੂੰ ਸਮਝਣ ਤੋਂ ਅਸਮਰਥ ਨੇ ਸਹੀ ਰੂਪ 'ਚ, ਕਿਉਂਕਿ ਪੰਜਾਬ ਆ ਜਿਹੜਾ ਇਹਦਾ ਇੱਕ ਸੰਕਟ ਹੋਰ ਆ, ਇੱਕ ਖੁਸ਼ਹਾਲੀ ਦਾ ਦੌਰ ਹੰਢਾ ਕੇ ਫਿਰ ਸੰਕਟ 'ਚ ਫਸਿਆ, ਬਿਹਾਰ ਦਾ ਸੰਕਟ ਹੋਰ ਆ, ਕੇਰਲਾ ਦਾ ਹੋਰ ਆ, ਚਾਹੇ ਮੁਲਕ ਦੇ ਵਿੱਚ ਸਾਰੇ ਕਾਨੂੰਨ ਇੱਕ ਸਾਰੇ ਲਾਗੂ ਨੇ, ਪੰਜਾਬ ਨਾਲ ਕੁਛ ਗੱਲਾਂ 'ਤੇ ਧੱਕਾ ਵਿਤਕਰਾ ਹੋਇਆ, ਇੱਕ ਵੱਖਰਾ ਸਵਾਲ ਆ, ਪਰ ਹਰ ਇੱਕ ਸੂਬੇ ਦੀ ਵੱਖੋ ਵੱਖਰੀ ਗੱਲ ਆ। ਜਦੋਂ ਤੁਸੀਂ ਮੁਲਕ ਦੀ ਸੋਚਦੇ ਹੋ, ਮੁਲਕ ਦੀਆਂ ਫਿਰ ਅੱਡ ਸਮੱਸਿਆਵਾਂ ਨੇ। ਹੁਣ ਮੁਲਕ ਦਾ ਪੰਗਾ ਕਿੱਥੋਂ ਅੜਿਆ? ਜਿਹੜਾ ਕਹਿੰਦੇ ਸੀ ਅਨੇਕਤਾ 'ਚ ਏਕਤਾ, ਇਹ ਪਿਛਲੇ ਸਾਲਾਂ 'ਚ ਸੰਕਲਪ ਉਲਟਾ ਤਾ, ਮਤਲਬ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਭਾਰਤ ਇੱਕ ਹੈ, ਕਿਸੇ ਨੂੰ ਸ਼ੱਕ ਹੈ ਇਹ 'ਚ? ਫਿਰ ਭਾਰਤ ਦੀ ਏਕਤਾ ਅਖੰਡਤਾ, ਫਿਰ ਈਵਨ ਸੰਵਿਧਾਨ ਦੇ ਵਿੱਚ ਵੀ ਇੰਡੀਆ ਜਾਂ ਯੂਨੀਅਨ ਆਫ ਸਟੇਟਸ ਦੇ ਵਿੱਚ ਭਾਰਤ ਅੜਾਇਆ, ਇੰਡੀਆ ਕੌਮਾ ਭਾਰਤ ਇਜ ਏ ਯੂਨੀਅਨ ਆਫ ਸਟੇਟਸ, ਭਾਰਤ ਇੱਕ ਰਾਜੇ ਦਾ ਪ੍ਰਸੰਗ ਆ ਹਿੰਦੂ ਇਤਿਹਾਸ ਦੇ ਵਿੱਚ। ਉਹ ਜਿਹੜੇ ਰਾਹ ਇਹ ਤੋਰਿਆ ਨਾ ਮੁਲਕ, ਉਸ ਮੁਲਕ 'ਤੇ ਆ ਕੇ ਹੁਣ ਇੱਥੇ ਗੱਲ ਅੜ ਗਈ ਵੀ ਇਹ ਮੁਲਕ ਨੂੰ ਦੇਖਿਆ ਅਤੇ ਸਮਝਿਆ ਕਿਵੇਂ ਜਾਵੇ। ਧਾਰਾ 370 ਤੋੜੀ ਜੀ, ਹੋਰ ਫੈਸਲੇ ਲਏ, ਇੱਕ ਦੇਸ਼ ਕਾਨੂੰਨ, GST, ਇਹਦੇ ਪੰਗੇ ਫੇਰ ਆ ਗਏ। 9 ਸਾਲ ਵਿਰੋਧੀ ਪਾਰਟੀਆਂ ਨੂੰ ਇਹ ਹਿਸਾਬ ਹੀ ਨਹੀਂ ਲੱਗਿਆ ਵੀ ਯਾਰ ਮੋਦੀ ਨੂੰ ਕਿਵੇਂ ਲੜਾਈ ਦਿੱਤੀ ਜਾਵੇ, ਕਿਉਂਕਿ ਕਾਂਗਰਸ ਦੀ ਬੀਜੀ ਹੋਈ ਫੈਸਲੇ ਮੋਦੀ ਵੱਢ ਰਿਹਾ, ਉਸੇ ਨੂੰ ਬਹੁਤ ਅੱਗੇ ਰੂਪ 'ਚ ਉਹਨੇ ਉਭਾਰਿਆ। ਉਹ ਭਾਰਤ ਦੀ ਥਾਂ ਹਿੰਦੁਸਤਾਨ, ਹਿੰਦੁਸਤਾਨ ਤੋਂ ਅੱਗੇ ਹਿੰਦੁਸਤਾਨ, ਹਿੰਦੂ ਰਾਸ਼ਟਰ 'ਤੇ ਆ ਗਿਆ ਸਿੱਧਮ ਸਿੱਧਾ, ਉਹ ਇੱਕ ਕੰਟਰੀ ਵਨ ਨੇਸ਼ਨ ਵੀ ਉਹਦਾ। ਇਸ ਕਰਕੇ ਜਿਹੜਾ ਰਾਹੁਲ ਗਾਂਧੀ ਆ, ਉਹਨੇ ਇਹਨੂੰ ਮੋੜਾ ਦੇਣ ਦੀ ਕੋਸ਼ਿਸ਼ ਕੀਤੀ ਆ, ਜਿਹੜੀ ਪਿਛਲੇ ਸਮੇਂ 'ਚ ਜਿੰਨੀ ਵੀ ਉਹਨੇ ਜੋ ਵੀ ਕੁਛ ਕੀਤਾ, ਲੋਕ ਸਭਾ 'ਚ ਜਿਹੜੀ ਇਹਨੇ ਸਪੀਚ ਦਿੱਤੀ ਨਾ, ਇੰਡੀਆ ਇਜ਼ ਨਾਟ ਏ ਨੇਸ਼ਨ, ਰਾਜਾਂ ਦੇ ਆਪਦੇ ਹੱਕ ਨੇ, ਅਧਿਕਾਰ ਨੇ, ਸਮਝੌਤੇ ਨਾਲ ਨੇ, ਵਨ ਤਰਫਾ ਨਹੀਂ ਖੋਹੇ ਜਾ ਸਕਦੇ। ਕਿਸੇ ਨੇ ਕਿਹਾ ਇਨਕਲੂਡਿੰਗ ਕਸ਼ਮੀਰ, ਉਹ ਕਹਿੰਦਾ ਹਾਂ ਸਮੇਤ ਕਸ਼ਮੀਰ। ਇਹ ਜਿਹੜੀ ਪੁਜੀਸ਼ਨ ਆ, ਇਹਨੂੰ ਸਮਝਣ ਕਰਨ ਦੇ ਵਿੱਚ ਸਾਰਿਆਂ ਨੂੰ ਸਮਾਂ ਲੱਗਿਆ। ਮਤਲਬ ਮੋਦੀ ਦੀ ਜਿੱਤ ਨੂੰ ਐਂ ਬਣਾਤਾ ਵੀ ਜਿਵੇਂ EVM ਕਰਕੇ ਜਿੱਤਿਆ ਹੈ, ਜਦੋਂ ਤੱਕ EVM ਆ ਜੀ ਮੋਦੀ ਨਹੀਂ ਹਾਰਦਾ। ਉਹਦੀ ਸਿਆਸਤ ਨੂੰ ਟੱਕਰਨ ਦੀ ਥਾਂ ਸਮਝਣ ਦੀ ਥਾਂ ਤਕਨੀਕੀ ਨੁਕਤਾ ਉਭਾਰਤਾ, ਲੋਕਾਂ 'ਚ ਬੇਦਲੀ ਆ ਗਈ। ਹੁਣ ਜਿਹੜਾ ਇਹ ਫਰੰਟ ਬਣਿਆ ਨਾ ਅਸਲ 'ਚ ਜੀ, ਇੰਡੀਆ ਜਿਹਨੂੰ ਕਹਿੰਦੇ ਆ, ਮਤਲਬ ਇੰਡੀਅਨ ਨੈਸ਼ਨਲਿਸਟ ਡਿਵੈਲਪਮੈਂਟ ਐਂਡ ਕਨਕਲੂਸਿਵ ਅਲਾਇੰਸ, ਸੰਕਲਪ ਦੇ ਤੌਰ 'ਤੇ ਇਹ ਹਿੰਦੂ ਰਾਸ਼ਟਰ ਦੇ ਸੰਕਲਪ ਨੂੰ ਇੱਕ ਚੈਲੇਂਜ ਦਿੰਦਾ, ਜਿਹਦੇ ਵਿੱਚ ਨਾਅਰਾ ਇਹ ਦਿੱਤਾ ਭਾਰਤ ਜੁੜੇਗਾ ਇੰਡੀਆ ਜਿੱਤੇਗਾ। ਜਾਣੀ ਜਿਹੜੀ ਫਿਰਕੂ ਵੰਡ ਦੀ ਸਿਆਸਤ ਆ ਮੋਦੀ ਦੀ, ਉਹਦੇ ਸਾਹਮਣੇ ਸੰਕਲਪ ਦੇ ਤੌਰ 'ਤੇ ਇੱਕ ਹਾਂ ਪੱਖੀ ਬਦਲ ਆ। ਹੁਣ ਪਾਰਟੀਆਂ ਸ਼ਾਮਲ ਤਾਂ ਹੋ ਗਈਆਂ, ਪਾਰਟੀਆਂ ਨੇ ਬੜੇ ਖੰਭ ਪਹਿਲਾਂ ਚਲਾਏ, ਕੇਜਰੀਵਾਲ ਨੇ ਤੀਜਾ ਬਦਲ ਉਸਾਰਾਂਗੇ ਇਹੋ ਜਿਹੀ ਕੋਸ਼ਿਸ਼ ਕੀਤੀ, ਹਾਲੇ ਵੀ ਕਈ ਫਿਰਦੇ ਨੇ। ਅੰਤਿਮ ਤੌਰ 'ਤੇ ਸਭ ਇਸ ਸਿੱਟੇ 'ਤੇ ਪਹੁੰਚ ਗਏ,
डूबेगी किश्ती तो डूबेंगे सारे, ना हम ही बचेंगे ना साथी तुम्हारे। इस करके एकता हुई है। इस एकता का प्रसंग आल इंडिया लैवल से एक सियासत को आर एस एस की जी विचारधारा से सियासत हरा राज्यां दे पद्धर ते उस तरह के वक्रे वक्रे विचार रहेंगे। सब तो बड़ा छड़प्पा मारिया अकाली दल ने, सुखबीर बादल ने जिहड़ा कहा ना भी एक नेशन एक इलेक्शन की असीं हमायत करते हैं, उन्हें अकाली दल की बुनियाद नूं ही सट्टता। पहला तो यह सी ना भी चलो सांझियां सरकारां ने वो आपदे सिद्धांतां दी भी गल करदे ने, खेतरी पार्टी आ जी उत्ते मिल के चलना, हुण उहने सिद्धांतक तौर ते अकाली दल की बुनियाद नूं छड्डता। सब तो बड़ा छड़प्पा मारिया उन्हें। दूजी गल, दूजा छड़प्पा मारिया केजरीवाल ने। केजरीवाल उही आ ना जिहड़ा कहिंदा सी कल्ले चढ़ांगे किसे नाल समझौता नहीं करांगे। मोदी का बदल केजरीवाल आ। इस काम नूं प्रचारन खातर पंजाब दा खजाने का उजाड़ा जिन्ना किया जा रहा यह आर टी ए रही थोड़े सामने पिया, हुण भी किया जा रहा, पहला भी किया जा रहा, मुल्क च इश्तिहार दिते जा रहे ने सारे पासे। पर यही केजरीवाल ने कांग्रेस नाल हाथ भी मिलाया उदो जदों बच्चों की सहुं खाधी सी, उदों इह गल हो गई भी यार इन्हां दी कहणी ते करनी च बहुत वड्डा फर्क आ। अज केजरीवाल का इंडियन अलायंस दे विच जाणा अपने आप च हिया भी उहदी जिहड़ी इह ख्वाहिश सी मोदी दा बदल वाली वह तो गई, जिहड़ा इह सी मैं कल्ला लड़ू कल्ला बदल वह भी गई। हुण पर लोकां दा माइंड सैट उह बणाया होया, इसे तरह इत्थों दी पार्टी वालिआं दा समस्या, भगवंत मान मारदा छाला नहीं आ, 13 जित के दिखाऊ। तुहानूं एक जलंधर दी सीट सी, कैंडीडेट तां तुसीं उधारा लिया लभ्या नहीं, 13 कैंडीडेट कित्थों लभ लोगे? उधरों कांग्रेस वाले कही जांदे ने, सिर्फ एक नवजोत सिंह सिद्धू आ जिन्हें डट के अलायंस की मदद की आ, मदद तो मतलब सपोर्ट की है संकल्प की। तो यह भी कहा भी जिथे भी सीटा वंड होणगीआं वंड होणगीआं, बाकी हाले भी तपदे आ। आम आदमी पार्टी जी यही वर्तारा। पर माली साहब जिहड़ा हुण इन्हां दा अंदर एक घमासान चल रहा है, हालांकि जिहड़ा चंडीगढ़ च एक अलग किस्म की सियासत चलती है भी चंडीगढ़ तो सारा पंजाब चलता गा, हालांकि एक कुछ लोग यह भी सच आ जिहड़ा सच रहनी है भी सत्थां तो चलता गा, पर इत्थे यह है भी इन्हां दा सीटां नूं लैके मैच पिया वा गा, पर फिर उह जिहियां मुश्किलां बहुत सारियां सामने आ जिहड़ियां, खास करके जे सब तो वड्डी गल करिए सिद्धू मूसे वाले नूं लैके, उह इन्हां दी पार्टी दे विच सीगा कांग्रेस दे विच, पर जे इह अलायंस हुंदा गा जे इत्थे हो गया तो फिर किवें आ? हो तो यह जाना ही आ, किसी नूं 6 आ जाणियां सीटां, किसी नूं 6, जिवें एक चैनल ने तो वड्डे चैनल आ अपना दिल्ली का नैशनल मीडिया उन्हें तो सर्वे करता, कहिंदा भी 12 सीटां लै जाणगे, एक बीजेपी नूं आ जू अकाली खाली रह जाणगे। मतलब यह चीज़ जिहड़ी हो रही है तुहानूं लगदा भी ठीक हो जूगा? प्रताप सिंह बाजवा जिहड़े सीनियर लीडर आ उन्हां दे हाजमे आजूगी गल कि नहीं यह गल आउणी ते लोकां दे हाजमे आजू? नहीं, सारयां दी हाजमे आजू, मैनूं लगदा कोई समस्या नहीं आजू, क्योंकि आल इंडिया अलायंस आ जिहड़ा उन्हें पहली मीटिंग की थी पटने। केजरीवाल ने आर्डीनेंस का पत्ता जा घुमा के हिलाने की कोशिश की, उन्होंने गल नहीं सुनी। दूजी हुई बंगलौरू, उत्थे भी यह गल की, उत्थे भी उन्होंने गल नहीं सुनी। उदो लगता है इस भी केजरीवाल का एजेंडा तो मोदी कैरी कर रहा, बैठा वो दूजे पासे आ, रूह कितने आ जिसम कितने आ भी पता नहीं, ये चलू ना चलू, क्योंकि प्रॉब्लम क्रिएटर आ ओह, क्योंकि वो सोच तो सेध आ जी मोदी वाली आर एस एस वाली आ संकल्प के तौर पर, चाहे तुम जम्मू कश्मीर देख लो आह देख लो प्रिंसीपल उन्होंने, मैं लगता यदि भी हमायत करनी हूँ मुश्किल हो जानी है। नहीं कई गल्लां दी कहिंदे प्रिंसीपल ही असी यूनीवर्स सिविल कोर्ट के हमेती हाँ, उन्होंने पैर च पैर धरते रहे। पर आ जी बंबई की मुंबई की मीटिंग हुई आवे उसू नजिठाया गया सारे मामलों में, जिमें राहुल गांधी ने कहा ना मैं प्रधानमंत्री का उम्मीदवार ना मैं पार्टी प्रधान का उम्मीदवार, जिमें यह आवाज आई है लालू यादव वर्गे वालों भी त्याग करना पैना जे अगे तुसीं कोई वड्डा कुछ हासिल करना, क्योंकि सारे समझ ही बैठे ने भी जे मोदी 24 च आ गया बाकियां दी खेड खत्म, जिवें कहिंदे हुंदा मरदा की ना करदा इह हाल होया। उत्थे जिहड़ी केजरीवाल ने स्पीच दित्ती आ जां भगवंत मान ने दित्ती, उह तो लगदा भी हुण एड्डी बुरी तरह इह घिर गए कह लो जां मजबूरी दे विच इंडियन इंडिया अलायंस च आ गए, उत्थों इहनां नूं भज्जणा हुण औखा। हुण जे उत्थों भज्जदे ने इन्हां नाल उह होणी आ भी धोबी दा कुत्ता ना घरदा ना घटदा, क्योंकि पंगा दूजे पासे भी वड्डा पिया होया मोदी दे नाल आ जिहड़ा जदों तक तां उन्हां नूं सूत बहिंदा सी, हुण तां उन्हां ने कहता भी दिल्ली दी सरकार कोई सरकार ही नहीं, ठीक है चुणे हुए हो तुसीं, हुण तां आह सरकार आ ते आह बंदे फैसले करनगे। इह तां इह केजरीवाल क्योंकि सियासी तौर पर नैतिक तौर पर बहुत कमजोर बंदा,
आ मीटिंग तो पहला भी तुहाडे शायद याद हो इन्हां दे इक बुलारा बीबी कक्कड़ शायद उन्हें बयान दिता सी वी केजरीवाल नूं चेहरा बनाउणा चाहीदा पर जिहड़ा ऐलान सा इह चेहरे दी सियासत छड्ड रिहा क्योंकि उह चाहुंदे ने मोदी वर्सिज राहुल गांधी बण जे ਉਹ ਕਹਿੰਦੇ ਨੇ ਏਜੰਡਾ ਵਰਸਸ ਏਜੰਡਾ ਬਣੇ ਮੋਦੀ ਦਾ ਏਜੰਡਾ ਕੀ ਹੈ ਤੇ ਸਾਡਾ ਏਜੰਡਾ ਕੀ ਆ ਬੰਦਿਆਂ ਦੀ ਚਿਹਰਿਆਂ ਦੀ ਲੜਾਈ ਨਾ ਬਣੇ ਮੁੰਬਈ ਦੀ ਕੋਸ਼ਿਸ਼ ਇਹਨਾਂ ਨੇ ਕੀਤੀ ਪਹਿਲਾਂ ਬਿਆਨ ਜਾ ਦੇ ਕੇ ਫਿਰ ਉਹ ਤੋਂ ਪਿੱਛੋਂ ਹਟ ਗਏ ਫਿਰ ਜਦੋਂ ਅਸੂਲੀ ਤੌਰ ਤੇ ਦੋਹਾਂ ਨੂੰ ਇਹਦੇ ਵਿੱਚ ਰਹਿਣਾ ਪਊਗਾ ਗੱਠਜੋੜ 'ਚ ਤਾਂ ਇਹਨਾਂ ਨੂੰ ਸੀਟਾਂ ਦੀ ਵੰਡ ਕਰਨੀ ਪੈਣੀ ਆ ਤੇ ਨਾ ਕਿਸੇ ਨੇ ਭਗਵੰਤ ਮਾਨ ਨੂੰ ਪੁੱਛਣਾ ਜਿੰਨਾ ਨਾ ਕਿਸੇ ਨੇ ਬਾਜਵੀ ਨੂੰ ਪੁੱਛਣਾ ਨਾ ਇਹਨਾਂ ਦੇ ਵਿੱਚ ਕਿਸੇ ਦੀ ਓਡੀ ਸਮਰੱਥਾ ਵੀ ਹਾਈ ਕਮਾਂਡ ਦੇ ਖਿਲਾਫ ਖੜ ਕੇ ਇੱਕ ਵੱਖਰੀ ਗੱਲ ਚਲਾ ਦੇਣ ਮਾਸ ਲੀਡਰ ਨਹੀਂ ਨਾ ਉਸ ਤਰ੍ਹਾਂ ਪਰ ਇੱਕ ਗੱਲ ਹੋਰ ਆ ਪੰਜਾਬ ਦੇ ਲੋਕਾਂ ਦੇ ਹਾਜ਼ਮੇ ਗੱਲ ਆਊਗੀ ਵੀ ਇਹ ਤਾਂ ਵਿਰੋਧੀ ਸੀ ਮਤਲਬ ਉਹ ਐਂਗਲ ਜਿਹੜਾ ਇੱਕ ਸਧਾਰਨ ਤੌਰ ਤੇ ਛੋਟੇ ਜਿਹੇ ਪੈਮਾਨੇ 'ਚ ਦੇਖਿਆ ਜਾਂਦਾ ਵੀ ਇਹ ਇਕੱਠੇ ਹੋ ਗਏ ਯਾਰ ਇਹ ਤਾਂ ਉਹ ਰਲ ਗਏ ਜਿਵੇਂ ਆਪਾਂ ਕਹਿ ਦਿੰਦੇ ਤਾਂ ਫਲਾਨੀ ਪਾਰਟੀ ਦੀ ਏ ਟੀਮ ਆ ਬੀ ਟੀਮ ਆ ਤਾਂ ਹੋ ਗਏ ਇਕੱਠੇ ਇਹ ਤਾਂ ਉਹੀ ਗੱਲ ਹੋਊਗੀ ਜਿਹੜੀ ਪਿੰਡਾਂ 'ਚ ਚੱਲਦੀ ਮਤਲਬ ਉਵੇਂ ਉਹ ਛੋਟੇ ਪੈਮਾਨੇ ਨਹੀਂ ਪ੍ਰੋਬਲਮ ਇਹ ਆਊਗੀ ਕਿਉਂਕਿ ਤੁਸੀਂ ਲੋਕਾਂ ਦਾ ਜਿਹੜਾ ਮਨ ਬਣਾਇਆ ਵਿਚਾਰ ਬਣਾਇਆ ਦੇਖਣ ਦਾ ਤਰੀਕਾ ਬਣਾਇਆ ਉਹ ਗਲਤ ਬਣਾਇਆ ਨਾ ਤੋ ਤੁਹਾਨੂੰ ਇਹ ਗੱਲ ਆ ਵੀ ਜਿਹੜੀ ਇੰਡੀਆ ਚ ਅਲਾਇੰਸ ਦਾ ਹੋਰ ਮਤਲਬ ਆ ਸੂਬਿਆਂ ਚ ਅਲਾਇੰਸ ਦਾ ਹੋਰ ਮਤਲਬ ਆ ਤੁਸੀਂ ਇਹਨੂੰ ਭਾਰਤ ਨੂੰ ਇੱਕ ਦੇਸ਼ਾਂ ਦੇ ਦੇਸ਼ ਵਜੋਂ ਨਹੀਂ ਨਾ ਸਮਝਿਆ ਲੋਕਾਂ ਨੂੰ ਨਹੀਂ ਕਰਨ ਲੱਗਿਆ ਇਸੇ ਕਰਕੇ ਤੁਸੀਂ ਕਹਿੰਦੇ ਨੇ ਕਰਨਾਟਕ 'ਚ ਤੁਹਾਡੇ ਨੇ ਐਂ ਕਰਤਾ ਫਿਰ ਪੰਜਾਬ 'ਚ ਵੀ ਐਂ ਕਰੋਗੇ ਕੋਈ ਜ਼ਰੂਰੀ ਨਹੀਂ ਜੋ ਪੰਜਾਬ 'ਚ ਹੋ ਰਿਹਾ ਬੰਗਾਲ 'ਚ ਉਸੇ ਤਰ੍ਹਾਂ ਹੋਵੇ ਕਰਨਾਟਕ 'ਚ ਹੋ ਰਿਹਾ ਇੱਥੇ ਅੱਡ ਤਰ੍ਹਾਂ ਹੋਵੇ ਪਰ ਇੱਕ ਸਪਿਰਟ ਇਹ ਆ ਇਹਨਾਂ ਨੂੰ ਸਿਰਫ ਉਨਾ ਚਿਰ ਜਿੰਨਾ ਚਿਰ ਲੋਕ ਸਭਾ ਦਾ ਉਨਾ ਚਿਰ ਜਿਹੜੀ ਅੰਦਰੂਨੀ ਲੜਾਈ ਆ ਆਪਸੀ ਉਹ ਵੈਸੇ ਵੀ ਮੱਧਮ ਪੈ ਜਾਂਦੀ ਆ ਉਹ ਮੱਧਮ ਕਰਨੀ ਪੈਣੀ ਆ ਉਸ ਤੋਂ ਬਾਅਦ ਫਿਰ ਜਦੋਂ ਉੱਪਰ ਕੀ ਨਤੀਜਾ ਆਉਂਦਾ ਵੱਖਰੀ ਗੱਲ ਆ ਸੂਬਿਆਂ ਦੇ ਵਿੱਚ ਉਸੇ ਤਰ੍ਹਾਂ ਦਾ ਟਕਰਾਅ ਫੇਰ ਰਹਿਣਾ ਲੋਕ ਸਭਾ 'ਚ ਅਲਾਇੰਸ ਦਾ ਮਤਲਬ ਇਹ ਨਹੀਂ ਕਿ ਹੁਣ ਪਾਰਟੀਆਂ ਇੱਕ ਮਿੱਕ ਹੋ ਗਈਆਂ ਪਾਰਟੀਆਂ ਦੇ ਵੱਖੋ ਵੱਖਰੀ ਹੋਣ ਖਤਮ ਆ ਜਿਹੜੀ ਜਿਵੇਂ ਕਹਿੰਦੇ ਨਾ ਸਾਂਝ ਕਰੀਜੇ ਗੁਣਾ ਕੇਰੀ ਛੋੜ ਅਵਗਣ ਚੱਲੀਏ ਇਹ ਜਿੰਨੀਆਂ ਕੁ ਸਾਂਝੀ ਗੱਲ ਬਣਦੀ ਆ ਉਹਦੇ ਆਧਾਰ 'ਤੇ ਅਲਾਇੰਸ ਬਣਨਾ ਇਹਦਾ ਕਾਮਨ ਮਿਨੀਮਮ ਪ੍ਰੋਗਰਾਮ ਵੀ ਆਉਣਾ ਇਹਦੇ ਵਿੱਚ ਇੱਕ ਦੇ ਬਦਲੇ ਇੱਕ ਉਮੀਦਵਾਰ ਵੀ ਖੜਾ ਕਰਨਾ ਪੈਣਾ ਇਹ ਠੀਕ ਆ ਕੇਜਰੀਵਾਲ ਹਟਦਾ ਨਹੀਂ ਛੁਰਲੀ ਛੱਡਣੋਂ ਇਹ ਬੜਾ ਆਰਐਸਐਸ ਦਾ ਸ਼ਰਾਰਤੀ ਬੱਚਾ ਇਹਦਾ ਬਿਆਨ ਸੁਣਿਆ ਸਾਰੇ ਮੁਲਕ 'ਚ ਸੀਟਾਂ ਦੀ ਵੰਡ ਹੋਊ ਹੁਣ ਇਹਦਾ ਮਤਲਬ ਇਹ ਆ ਵੀ ਸਾਰੇ ਮੁਲਕ 'ਚੋਂ ਵੀ ਮੈਨੂੰ ਕਿਤੇ ਨਾ ਕਿਤੇ ਥੋੜ੍ਹਾ ਹਿੱਸਾ ਮਿਲਣਾ ਚਾਹੀਦਾ ਇਹ ਜਿਹੜੇ ਇੱਥੇ ਵਿਰੋਧ ਆ ਜਾ ਉਹ ਵਿਰੋਧ ਆ ਉਹਨੂੰ ਡਾਊਨ ਕਰਨ ਲਈ ਵੀ ਯਾਰ ਜੇ ਆਪਾਂ ਕੋਈ ਛੱਡਾਂਗੇ ਇੰਨੀਆਂ ਕੁ ਆਪਾਂ ਨੂੰ ਬਾਹਰੋਂ ਵੀ ਮਿਲਣਗੀਆਂ ਇਹ ਹੁਣ ਆਪਣੀ ਜਿਹੜੀ ਨਵੀਂ ਜਿਹੜੀ ਛਲੇਡਾ ਛਾਲ ਮਾਰੀ ਇਹਨੇ ਉਹਦੇ ਅਨੁਸਾਰ ਕਰਨ ਲਈ ਯਤਨ ਕਰ ਰਿਹਾ ਚੀਮਾ ਬੋਲ ਗਿਆ ਬਾਕੀ ਕਿਹਨੇ ਬੋਲਣਾ ਜੀ ਇੱਥੇ ਤੁਹਾਨੂੰ ਪਤਾ ਹੀ ਹੈ ਵੀ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਤੋਂ ਬਿਨਾਂ ਕੋਈ ਨਹੀਂ ਭਗਵੰਤ ਮਾਨ ਤੇ ਜਿਹੜੇ ਕਹਿੰਦੇ ਹੁੰਦੇ ਸੀ ਵੀ ਲੱਕੜ ਬੱਗੇ ਆ ਗਏ ਬਘਿਆੜ ਆ ਗਏ ਬਿੱਲੀਆਂ ਇਕੱਠੀਆਂ ਹੋ ਗਈਆਂ ਇਹਨਾਂ ਨੂੰ ਜਦੋਂ ਇਕੱਠੇ ਹੋਣ ਲੱਗ ਜਾਣ ਤਾਂ ਪਤਾ ਹੁੰਦਾ ਵੀ ਪਰਲੇ ਪਾਸੋਂ ਸ਼ੇਰ ਤੇ ਆਉਂਦਾ ਤੇ ਹੁਣ ਇਹ ਫਿਰ ਤਾਂ ਆਪ ਉਸੇ ਭਗਵੰਤ ਮਾਨ ਜੀ ਦੇ ਬਿਆਨ ਆ ਭਾਈ ਜੀ ਭਗਵੰਤ ਮਾਨ ਦੇ ਤਾਂ ਸੁਪਨੇ 'ਚ ਵੀ ਨਹੀਂ ਉਹਨੂੰ ਪਤਾ ਹੋਣਾ ਵੀ ਜੋ ਕੁਛ ਮੈਂ ਬੋਲਣਾ ਮੈਨੂੰ ਇਹਨਾਂ ਦੇ ਸਨਮੁਖ ਹੋਣਾ ਪਊਗਾ ਚਾਹੇ ਉਹ ਸਿਕਿਉਰਿਟੀ ਬਾਰੇ ਬੋਲਦਾ ਚਾਹੇ ਉਹ ਸੁਰੱਖਿਆ ਬਾਰੇ ਬੋਲਦਾ ਚਾਹੇ ਉਹ ਮਤਲਬ ਜਿਹੜੇ ਜਿਵੇਂ ਉਹਨਾਂ ਦਾ ਸਾਰਿਆਂ ਦੇ ਯੂਨਿਟੀ ਕਿਉਂਕਿ ਇਹਨਾਂ ਦੀ ਉਦੋਂ ਨੀਤੀ ਇਹ ਸੀ ਹੁਣ ਵੀ ਇਹ ਜਦੋਂ ਸੂਬਿਆਂ 'ਚ ਜਾ ਰਹੇ ਨੇ ਤੁਸੀਂ ਹਰਿਆਣੇ 'ਚ ਕੱਲ੍ਹ ਭਾਸ਼ਣ ਸੁਣੋ ਸਾਰੀਆਂ ਪਾਰਟੀਆਂ ਨੂੰ ਰਗੜਦੇ ਨੇ 70 ਸਾਲਾਂ 'ਚ ਇਹਨਾਂ ਨੇ ਆਹ ਕੀਤਾ 70 ਸਾਲਾਂ 'ਚ ਇਹਨਾਂ ਨੇ ਆਹ ਕੀਤਾ ਕਰ ਸਕਦੇ ਆ ਲੋਕਲ ਪੱਧਰ 'ਤੇ ਪਰ ਜੇ ਆਪਾਂ ਕਹੀਏ ਵੀ ਅੱਜ ਇਹ ਜਦੋਂ ਲੋਕ ਸਭਾ ਦਾ ਏਜੰਡਾ ਸਾਹਮਣੇ ਉਹਦਾ ਪ੍ਰਚਾਰ ਹੋਊ ਉਹ ਤੇ ਸਾਂਝਾ ਪ੍ਰੋਗਰਾਮ ਹੋਊਗਾ ਨਹੀਂ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਹੋਣਗੀਆਂ ਸੋ ਭਗਵੰਤ ਮਾਨ ਨੂੰ ਤਾਂ ਮੈਂ ਇਹ ਕਹਿਣਾ ਹੁੰਦਾ ਹੁਣ ਤਾਂ ਅਸੀਂ ਭਗਵੰਤ ਮਾਨ ਕੇਜਰੀਵਾਲ ਦੀ ਪੁਰਾਣੀ ਵੀਡੀਓ ਚੱਕ ਕੇ ਲਾ ਦਿਓ ਐਂ ਲੱਗੂ ਵੀ ਜਿਵੇਂ ਆਪਦੇ ਆਪ ਖਿਲਾਫ਼ ਬੋਲ ਰਹੇ ਹੁੰਦੇ ਆ ਕਿਉਂਕਿ ਜੋ ਕੁਛ ਐਲਾਨ ਕਰਦੇ ਸੀ ਜੋ ਟਿੱਚਰਾਂ ਮਖੌਲ ਕਰਦੇ ਉਹੀ ਸਾਰੀਆਂ ਹੁਣ ਇਹਨਾਂ 'ਤੇ ਆ ਰਹੀਆਂ ਮੈਂ ਅੱਜ ਉਹ ਵੀਡੀਓ ਸ਼ੇਅਰ ਕੀਤੀ ਆ ਜਿਹਦਾ ਤੁਸੀਂ ਗੱਲ ਕਰਦੇ ਹੋ ਨਹੀਂ ਭਗਵੰਤ ਮਾਨ ਦੀ ਦੇਖੋ ਜੀ ਕੋਈ ਸਿਫਤ ਤਾਂ 'ਚ ਹੈਗੀ ਐਵੇਂ ਤਾਂ ਨਹੀਂ ਮੁੱਖ ਮੰਤਰੀ ਬਣ ਗਿਆ ਇਹਦੀ ਸੁੰਘਣ ਸ਼ਕਤੀ ਬਹੁਤ ਤੇਜ਼ ਆ ਮਤਲਬ ਛਾਲ ਮਾਰਨ ਲੱਗਿਆ ਪਾਸਾ ਬਦਲਣ ਲੱਗਿਆ ਮਤਲਬ ਜਿਵੇਂ ਕਹਿੰਦਾ ਖੜੇ ਪੈਰ ਬਦਲ ਜਾਂਦਾ ਸੋ ਇਹ ਇਸ ਕਰਕੇ ਇਹਨਾਂ ਨੂੰ ਆਪਣੀ ਸੋਚ ਬਦਲਣੀ ਪਊ ਇਕੱਲੀ ਇਹ ਨਹੀਂ ਕਿ ਆਉਣ ਵਾਲੇ ਸਮੇਂ ਲਈ ਵੀ ਬਦਲਣੀ ਪਊ ਜਿਹੜੇ ਹਿਸਾਬ ਨਾਲ ਇਹ ਪਹਿਲਾਂ ਚੱਲਦੇ ਰਹੇ ਉਹ ਉਸ ਤਰ੍ਹਾਂ ਸੋਚਣਾ ਅਕਹਿਰੀ ਸੋਚ ਇੱਕੇ ਤਰ੍ਹਾਂ ਦੀ ਸੋਚ ਵੈਸੇ ਤਾਂ ਸਾਫ਼ ਹੋਏਗੀ ਕੇਜਰੀਵਾਲ ਦਾ ਹਾਲਤ ਇਹ ਹੋ ਗਿਆ ਨਾ ਵੀ ਕਿਆ ਪਿੱਧੀ ਔਰ ਕਿਆ ਪਿੱਧੀ ਕਾ ਸ਼ੋਰਬਾ ਸੋ ਗੱਲੇ ਟੁੱਟ ਗਈ ਵੀ ਇਹ ਬਦਲ ਆ ਜਾਓ ਉਹ ਇੰਨੀਆਂ ਪਾਰਟੀਆਂ ਦੇ ਵਿੱਚ ਤੁਸੀਂ ਪਰ ਉਹ ਹਟਦਾ ਨਹੀਂ ਪੰਜਾਬ ਨੂੰ ਰਗੜਨ ਨੂੰ ਤੁਸੀਂ ਦੇਖੋ 5 ਕਮੇਟੀਆਂ ਬਣੀਆਂ ਨੇ 5 ਕਮੇਟੀਆਂ ਦੇ ਵਿੱਚ 3 ਦੇ ਵਿੱਚ ਰਾਘਵ ਚੱਡਾ ਬਾਕੀ ਪਾਰਟੀਆਂ ਨੇ ਸਾਰੀਆਂ ਖੇਤਰੀ ਪਾਰਟੀਆਂ ਵੀ ਨੇ 5 ਕਮੇਟੀਆਂ ਖਾਤਰ ਉਹਨਾਂ ਨੇ 5 ਅੱਡ ਬੰਦੇ ਦਿੱਤੇ ਨੇ ਇਹਨੇ ਰਾਘਵ ਚੱਡਾ ਦਿੱਤਾ ਜਿਹੜਾ ਦਿੱਲੀ ਦਾ ਵੱਖਰੀ ਗੱਲ ਆ ਵੀ ਰਾਜ ਸਭਾ ਅਸੀਂ ਕਹਿੰਦੇ ਨੈਸ਼ਨਲ ਪਾਰਟੀਆਂ ਹੈਗੀਆਂ ਪਰ ਬਣਾਏ ਕਿਹਨੇ ਉਹ ਪੰਜਾਬ ਨੇ ਲੋਕ ਸਭਾ 'ਚ 4 ਮੈਂਬਰ ਕਿਹਨੇ ਦਿੱਤੇ ਪੰਜਾਬ ਨੇ ਫਿਰ 1 ਮੈਂਬਰ ਭਗਵੰਤ ਮਾਨ ਪੰਜਾਬ ਦਾ
ਹੁਣ ਕਾਂਗਰਸ ਤੋਂ ਉਧਾਰਾ ਲਿਆ ਹੋਇਆ ਬੰਦਾ ਜਿਹੜਾ ਇਹਨਾਂ ਦਾ ਐਮਪੀ ਆ ਉਹ ਵੀ ਪੰਜਾਬ ਦਾ 10 ਬੰਦੇ ਨੇ ਰਾਜ ਸਭਾ ਮੈਂਬਰ ਉਹ ਤੋਂ 7 ਸੀਟਾਂ ਲੁੱਟੀਆਂ ਪੰਜਾਬ ਤੋਂ ਪੰਜਾਬ ਦੇ ਉਸ ਤਰ੍ਹਾਂ ਬੰਦੇ ਤੋਂ ਉਸ ਤਰ੍ਹਾਂ ਤਾਂ ਬਣਾ ਹੀ ਨਹੀਂ ਜਿਹੜੇ ਬਣਾਉਣੇ ਚਾਹੀਦੇ ਆ ਉਹ ਤਾਂ ਸਮਾਂ ਤੇ ਜਿਹੜਾ ਪੰਜਾਬੀ ਵਾਲਾ ਬਣਾਇਆ ਸਾਨੀ ਉਹ ਕਹਿੰਦਾ UGC ਦੇ ਜੇ ਨਾਂ ਵੀ ਚੱਲੇ ਵੀ ਮੈਂ ਧਰਮ ਬਦਲੀ ਵਿਰੋਧੀ ਇੱਕ ਪ੍ਰਾਈਵੇਟ ਬਿੱਲ ਪੇਸ਼ ਕਰੂੰਗਾ RSS ਵਾਲੀ ਲਾਈਨ ਦਾ ਬਿੱਲ ਉਹ ਪੇਸ਼ ਕਰਨ ਦੇ ਦਾਅਵੇ ਕਰ ਰਿਹਾ ਸੋ ਇਸ ਕਰਕੇ ਇਹ ਚੱਲ ਲਗਭਗ ਉਸੇ ਲਾਈਨ ਤੇ ਰਹੇ ਤੇ ਹੁਣ ਇੱਕ ਹੋਰ ਵੀ ਦਿੱਕਤ ਪੈ ਗਈ ਜੀ ਆਪਣੇ ਵਾਲੇ ਮਾਲਵੇ ਵਾਲੇ ਪਾਸੇ ਹੈਗੀ ਤਾਂ ਦਿੱਕਤ ਸਾਰੇ ਕਿਤੇ ਪਰ ਮਾਲਵੇ 'ਚ ਬਹੁਤ ਜ਼ਿਆਦਾ ਮਾਝੇ 'ਚ ਥੋੜ੍ਹੀ ਥੋੜ੍ਹੀ ਆ ਉਹ ਕਹਿੰਦੇ ਵੀ ਅਕਾਲੀ ਦਲ ਦਾ ਕੀ ਬਣੂ ਸੁਖਵੀਰ ਸਿੰਘ ਬਾਦਲ ਦਾ ਕੀ ਬਣ ਰਿਹਾ ਲੋਕ ਸਭਾ ਦੇ ਵਿੱਚ ਮੈਨੂੰ ਇਹ ਲੱਗਦਾ ਵੀ ਕੁਛ ਨਹੀਂ ਬਣਨਾ ਇਹਦਾ ਆਸ ਲੋਕ ਇਹ ਕਰਦੇ ਸੀ ਵੀ ਯਾਰ ਮੁੜ ਕੇ ਸੋਚਣਗੇ ਚੰਦੂ ਮਾਜਰੇ ਨੇ ਵੀ ਅਜੀਤ 'ਚ ਇੱਕ ਲੇਖ ਲਿਖਿਆ ਆਨੰਦਪੁਰ ਦਾ ਮਤਾ ਕੀ ਆ ਫੈਡਰਲ ਢਾਂਚਾ ਕੀ ਆ ਇੱਕ ਵਾਰ ਪਹਿਲਾਂ ਵੀ ਲਲਕਰਾ ਮਾਰਿਆ ਸੀ ਅਸੀਂ ਖੇਤਰੀ ਪਾਰਟੀਆਂ ਨੂੰ ਇਕੱਠੇ ਕਰਾਂਗੇ ਪਰ ਕਿਉਂਕਿ ਪਾਰਟੀ ਦੀ ਬੈਕਿੰਗ ਨਹੀਂ ਸੀ ਇੱਕ ਦਿਨ ਮਿਲ ਕੇ ਚੰਦੂ ਮਾਜਰਾ ਵੀ ਘਰ ਬਹਿ ਗਿਆ ਹੁਣ ਤਾਂ ਸੁਖਵੀਰ ਬਾਦਲ ਨੇ ਪੱਲੇ ਹੀ ਚੱਕਤਾ ਨਾ ਕਹਿੰਦਾ ਪੈਸੇ ਬਚਾਉਣੇ ਆ ਜੀ ਇਸ ਕਰਕੇ ਇੱਕ ਨੇਸ਼ਨ ਇੱਕ ਇਲੈਕਸ਼ਨ ਇਹ ਤਾਂ ਅਕਾਲੀ ਦਲ ਦੇ ਬੁਨਿਆਦ ਦੀ ਉਲਟਾ ਤੇ ਉੱਥੇ ਜਾ ਕੇ ਕੀ ਬਣਨਾ ਜੀ ਇਹਦੀ ਸਾਰੀ ਸੇਧ ਆ ਜਿਹੜੀ ਵੀ ਕਿਵੇਂ ਨਾ ਕਿਵੇਂ ਚੋਣ 'ਚ ਹੱਥ ਪੈਂਦਾ ਰਹੇ ਕੋਈ ਅਸੀਂ ਮੀਆਂ ਬੀਬੀ MP ਬਣਦੇ ਰਹੀਏ ਕਿਉਂਕਿ ਮਾਇਆ ਬਹੁਤ ਇਕੱਠੀ ਕਰ ਲਈ ਬਾਬਾ ਨਾਨਕ ਵੀ ਕਹਿੰਦਾ ਨਾ ਪਾਪਾਂ ਵੱਜ ਹੋਵੇ ਨਾ ਹੀ ਮੋਇਆ ਸਾਥ ਨਾ ਜਾਏ ਦੂਜੀ ਗੱਲ ਕਹਿੰਦਾ ਮਾਇਆ ਧਾਰੀ ਅੰਨਾ ਬੋਲਾ ਹੁਣ ਜਿਹੜੇ ਵਾਰ ਇਕੱਠੇ ਕਰ ਲਏ ਉਹਨਾਂ ਦੀ ਸੁਰੱਖਿਆ ਕਰਨੀ ਆ ਉਹਨਾਂ ਨੂੰ ਅੱਗੇ ਚਲਾਉਣਾ ਕਰਨਾ ਉਹੀ ਫਿਕਰ ਆ ਨਾ ਉਹ ਤੋਂ ਹੀ ਸਾਰੀ ਰਾਜਨੀਤੀ ਤੈਅ ਹੁੰਦੀ ਮੈਂ ਤੁਹਾਨੂੰ ਇੱਕ ਗੱਲ ਹੋਰ ਸੁਣਾਉਣਾ ਜਦੋਂ ਹਿੰਦੀ ਅਖਬਾਰ ਕੱਢਿਆ ਨਾ ਅਜੀਤ ਨੇ ਉਹਦਾ ਐਡੀਸ਼ਨ ਲਈ ਉਹਦਾ ਉਦਘਾਟਨ ਸੀ ਜਲੰਧਰ ਲਾਇਬ੍ਰੇਰੀ ਦੇ ਵਿੱਚ ਉਦੋਂ ਮਨਮੋਹਨ ਸਿੰਘ ਆਏ ਹੋਏ ਸੀ ਉੱਥੇ ਉਦੋਂ ਮੈਂ ਟੌੜਾ ਸਾਹਿਬ ਨਾਲ ਸੀ ਅਸੀਂ ਵੀ ਗਏ ਹੋਏ ਸੀ ਉੱਥੇ ਉੱਥੇ ਦੋ ਵੱਡੀਆਂ ਘਟਨਾਵਾਂ ਵਾਪਰੀਆਂ ਇੱਕ ਟੌੜਾ ਸਾਹਿਬ ਦਾ ਕੱਦ ਬਹੁਤ ਵੱਡਾ ਸੀ ਜਦੋਂ ਸਟੇਜ ਤੇ ਚੜ੍ਹੇ ਸਾਰੇ ਕੁਰਸੀਆਂ ਤੋਂ ਉੱਤੇ ਉੱਠੇ ਸਾਰਿਆਂ ਨਾਲ ਹੱਥ ਮਿਲਾਉਂਦੇ ਗਏ ਲਾਸਟ DGP ਸੀ ਸ਼ਰਮਾ ਉਹਨੇ ਹੱਥ ਕੱਢੇ ਮਿਲਾਉਣ ਲਈ ਟੌੜਾ ਸਾਹਿਬ ਨੇ ਪਿੱਠ ਫੇਰ ਲਈ ਫਿਰ ਬਾਦਲ ਸਾਹਿਬ ਨੇ ਨਾ ਵਿਅੰਗ ਕੀਤਾ ਮਨਮੋਹਨ ਸਿੰਘ ਜੀ ਇੰਨੀ ਬਖਸ਼ਿਸ਼ ਕੀਤੀ ਆ ਸੱਚੇ ਪਾਤਸ਼ਾਹ ਨੇ ਤੁਸੀਂ ਪ੍ਰਧਾਨ ਮੰਤਰੀ ਹੋ ਪੰਜਾਬ ਦੇ ਦੁੱਖਾਂ ਦਾ ਵੀ ਕੋਈ ਇਲਾਜ ਕਰੋ ਪੰਜਾਬ ਦੀਆਂ ਮੰਗਾਂ ਦੀ ਵੀ ਗੱਲ ਕਰੋ ਸੱਚਾ ਬਣਨ ਦੀ ਕੋਸ਼ਿਸ਼ ਕੀਤੀ ਮਨਮੋਹਨ ਸਿੰਘ ਨੇ ਤਹਿ ਲਾਤੀ ਕਹਿੰਦਾ ਬਾਦਲ ਸਾਹਿਬ ਤੁਸੀਂ ਮੈਨੂੰ ਜਿੰਨੀ ਵਾਰ ਮਿਲਿਓ ਨਿੱਜੀ ਕੰਮਾਂ ਲਈ ਮਿਲਿਓ ਪਬਲਿਕਲੀ ਕਿਹਾ ਕਦੇ ਤੁਸੀਂ ਪੰਜਾਬ ਦਾ ਸਿੱਖਾਂ ਦਾ ਮਸਲਾ ਮੇਰੇ ਕੋਲ ਲੈ ਕੇ ਆਇਓ ਜਿਹੜਾ ਨਿੱਜੀ ਕੰਮ ਤੁਸੀਂ ਕਿਹਾ ਉਹ ਮੈਂ ਕੀਤਾ ਹੁਣ ਇਹ ਤਾਂ ਸਾਰੀ ਜਿਹੜੀ ਸਿਆਸਤ ਆ ਸੁਖਵੀਰ ਦੀ ਨਿੱਜ ਪ੍ਰਸਤ ਪਰਿਵਾਰ ਪ੍ਰਸਤ ਤੇ ਮਾਇਆਵਾਦ ਪ੍ਰਸਤ ਆ ਇਸ ਕਰਕੇ ਇਹਦਾ ਕੋਈ ਥਾਂ ਨਹੀਂ ਹਾਂ ਇਹ ਸਹੀ ਲਾਈਨ 'ਤੇ ਆ ਜਾਂਦਾ ਸਹੀ ਲਾਈਨ 'ਤੇ ਆ ਕੇ ਏਜੰਡਾ ਉਹੀ ਆਨੰਦਪੁਰ ਸਾਹਿਬ ਵਾਲਾ ਲੈਂਦਾ ਮਤੇ ਵਾਲਾ ਲੈਂਦਾ ਜੋ ਬੀਤੇ 'ਚ ਗਲਤੀਆਂ ਕੀਤੀਆਂ ਨੇ ਉਹਨਾਂ ਨੂੰ ਕਬੂਲਦਾ ਅਤੇ ਕਹਿੰਦਾ ਵੀ ਅਸੀਂ ਹੁਣ ਪੰਥ ਦੇ ਨਾਲ ਖੜ ਕੇ ਚੱਲਾਂਗੇ ਸੱਤਾ 'ਚ ਆਈਏ ਨਾ ਆਈਏ ਫਿਰ ਕਿਤੇ ਨਾ ਕਿਤੇ ਚਾਹੇ ਲੋਕ ਸਭਾ ਦੀ ਇੱਕ ਸੀਟ ਵੀ ਨਾ ਜਿੱਤਦਾ ਵਿਧਾਨ ਸਭਾ ਦਾ ਰਾਹ ਸਖਾਲਾ ਹੋ ਜਾਂਦਾ ਹੁਣ ਜੇ ਭਾਜਪਾ ਨਾਲ ਕਾਟੀ ਪਾ ਕੇ ਇਹ ਇੱਕ ਅੱਧੀ ਮੈਨੂੰ ਤਾਂ ਇਹ ਲੱਗਦਾ ਪਰ ਹੁਣ ਤਾਂ ਉਹਨਾਂ ਨੇ ਸਟੇਜ ਤੋਂ ਵੀ ਕਹਿਤਾ ਸੀ ਵੀ BJP ਨੂੰ ਹੀ ਅਸੀਂ ਉਹ ਕਰਦੇ ਨਾ ਕਰ ਵੀ ਦਿੱਤੇ ਪਰ ਸਿਧਾਂਤ ਕਾ ਗੱਲ ਆ ਜਿਹੜੀ ਜਿੱਥੇ ਜਿੱਥੇ ਨਖੇੜੇ ਨਾਲ ਨੁਕਤਾ ਇੱਕ ਨੇਸ਼ਨ ਇੱਕ ਇਲੈਕਸ਼ਨ ਉੱਥੇ ਜਾ ਕੇ RSS ਦੇ ਨਾਲ ਖੜ ਗਿਆ ਜਦੋਂ ਤੁਸੀਂ ਬੁਨਿਆਦੀ ਲਾਈਨ 'ਚ ਖੜ ਗਏ ਫਿਰ ਬਾਕੀ ਐਵੇਂ ਪ੍ਰਸ਼ੰਟ ਜੇ ਮਾਰੀ ਜਾਓ ਉਹਨਾਂ ਦੀ ਕੋਈ ਬੜਾ ਮਤਲਬ ਨਹੀਂ ਹੁੰਦਾ ਪਿਛਲੇ ਸਮੇਂ 'ਚ ਵੀ ਸਿਧਾਂਤਕ ਤੌਰ 'ਤੇ ਇਹਨਾਂ ਨੇ BJP ਦੀ ਲਾਈਨ ਹੀ ਲਈ ਆ ਨਾ 1996 'ਚ ਅਲਾਇੰਸ ਬਸਪਾ ਨਾਲ ਸੀ ਟੌੜਾ ਸਾਹਿਬ ਨੇ ਜ਼ੋਰ ਲਾ ਕੇ ਕਰਾਇਆ ਸੀ ਕਿਉਂਕਿ ਟੌੜਾ ਸਾਹਿਬ ਇਹ ਸਮਝਦੇ ਸੀ ਵੀ ਜੇ ਬਸਪਾ ਨਾਲ ਅਲਾਇੰਸ ਰਹੂ ਨਾ ਤਾਂ ਸਾਨੂੰ ਪੰਥਕ ਸਿਧਾਂਤਾਂ 'ਤੇ ਖੜ੍ਹੇ ਰਹਿਣ ਲਈ ਉਹਨਾਂ ਦਾ ਸਹਾਰਾ ਮਿਲ ਜੂ ਕਿਉਂਕਿ ਦਲਿਤ ਸਿਆਸਤ ਆ ਜਿਹੜੀ ਪੰਜਾਬ ਦੇ ਵਿੱਚ ਸਿੱਖ ਫਲਸਫੇ 'ਤੇ ਆਧਾਰਿਤ ਹੋ ਕੇ ਅੱਗੇ ਵੱਧ ਸਕਦੀ ਆ ਅਤੇ ਇਹਨੇ ਅਸੀਂ ਦਿੱਲੀ ਸੀ ਉਦੋਂ ਟੌੜਾ ਸਾਹਿਬ ਨਾਲ ਮਾਏ ਸੀ ਜਦੋਂ ਵਾਜਪਾਈ ਨੂੰ ਕੋਈ ਚਿਮਟੇ ਨਾਲ ਛੋਹਣ ਨੂੰ ਤਿਆਰ ਨਹੀਂ ਸੀ ਟੌੜਾ ਸਾਹਿਬ ਕਹਿੰਦੇ ਸੀ ਹੁਣ ਆਪਾਂ ਇਹ ਤੋਂ ਮੰਗਾਂ ਮਨਾ ਕੇ ਜੇ ਹਮਾਇਤ ਦੇਣੀ ਆ ਬਾਸ਼ਰਤ ਹਮਾਇਤ ਦੇਵਾਂਗੇ ਇਹਨਾਂ ਤੋਂ ਇਹੀ ਗੱਲਾਂ ਕਰ ਰਹੇ ਜੀ ਆ ਤਰਲੋਚਨ ਸਿੰਘ ਹੋਰੀ ਇਹਨੂੰ ਲੈ ਗਏ ਜੀ ਹਾਂ ਜੀ ਮੁਲਾਕਾਤ ਕਰਦੇ ਹਾਂ ਜੀ ਤੁਹਾਨੂੰ ਮਿਲਾਉਣਾ ਕਿਸੇ ਨੂੰ ਅਸੀਂ ਪੰਜਾਬ ਭਵਨ ਬੈਠੇ ਸੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬਿਨਾਂ ਸ਼ਰਤ ਹਮਾਇਤ ਐਂ ਕੀਤਾ ਬਸਪਾ ਨਾਲ ਆਹ ਕੁਛ ਕੀਤਾ ਅਤੇ ਕਾਸ਼ੀ ਰਾਮ ਦਾ ਬਿਆਨ ਸੀ ਉਦੋਂ ਵੀ ਬਾਦਲ ਨੇ ਜਿਹੜੀ ਗਦਾਰੀ ਪੰਥ ਨਾਲ ਕੀਤੀ ਆ ਸਿੱਖਾਂ ਨਾਲ ਕੀਤੀ ਆ ਬਹੁਜਨ ਸਮਾਜ ਨਾਲ ਕੀਤੀ ਆ ਇਹਦਾ ਨਤੀਜਾ ਇਹਨੂੰ ਭੁਗਤਣਾ ਪਊ ਬਹੁਤ ਸਾਰੀਆਂ ਗੱਲਾਂ ਨੇ ਦੇਖ ਲਓ ਅੱਜ ਕਿੱਥੇ ਆ ਗਈ ਗੱਲ ਮੁੜ ਹੁਣ ਜੇ ਇੱਕ ਹੋਰ ਸਵਾਲ ਆ ਜਿਵੇਂ ਤੁਸੀਂ ਹੋ ਸਕਦਾ ਤੁਸੀਂ ਨਾ ਮੰਨੋ ਪਰ ਜਿਹੜੇ ਤੁਸੀਂ ਕਹਿੰਦੇ ਵੀ ਇਹ ਡੁੱਲੇ ਵੇਰਾਂ ਦਾ ਕੁਝ ਨਹੀਂ ਬਣਨਾ ਜੇ ਹੁਣ ਇਹਨਾਂ ਨੇ ਕੋਈ ਫੈਸਲਾ ਲੈ ਲਿਆ ਜਿਵੇਂ ਬਹੁਤ ਬਾਹਲੇ ਤਾਂ ਇਹੀ ਆ ਨਾ ਵੀ ਗੱਲ ਵੀ ਜੇ ਬਾਦਲ ਪਰਿਵਾਰ ਪਾਸੇ ਹੋਰੇ ਜਾਂ ਮੇਨ ਕੋਈ ਆ ਕੇ ਵੀ ਜੇ ਕੋਈ ਉਹੋ ਜਿਹਾ ਕੋਈ ਫੈਸਲਾ ਲੈਂਦੇ ਆ ਇਹ ਹੁਣ ਹੋ ਸਕਦਾ ਕੁਛ ਕਿ ਫਿਰ ਵੀ
पहली गल जी, बादल परिवार नूं पासे करके इन्हां तों चोणी नहीं लैणियां जाणियां, क्योंकि जिन्नी माया इकट्ठी कीती आ, जिन्ने कारपोरेटर नाल समझौते कीते ने, थर्म नाल समझौते कीते ने, ओह तारनगे ना, फंड तां उही देणगे। ये बाकियां दे विचों किहड़ा जी किहनूं किहड़ा कारपोरेट फंड दे दू, उन्हें अरबां दे फायदे कीते ने, करोड़ां दे फायदे लए ने। मैं माफी चाहूंगा, तुहानूं लगदा वी जिहड़ी सियासत दी इह टिकटिकी आ वी फंड वाली, इह चर्चा हैगी अकाली दल दे अंदर वी, इहदा हुण साफ ही जग जाहिर आ गल्लां वी, इह तों किते बाहर निकलूगी राजनीति भी नहीं बिना, तो भी ऐ होगा एक दिन वह आऊगा कि लोग जिमें आम आदमी पार्टी का, चलो उन्होंने हुरू से भी जिमें आम लोग चुने गए भी वह जहाँ अकाली दल जो पंथक सियासत में कोई उभार कोई चेहरे ने देता तो हो सकता फिर नहीं। देखो ये मुल्क की लोड़ आ भी जिहड़ियां चोणां ने पैसे के आधारित बनाती, मतलब तुम ये इन्निया खर्चीलियां बनातियां जी, ये हेठां तो लैके उत्ते तक आम बंदा आ ही नहीं सकता। सरपंच की चोण लिया लगना दस दस लख कढ के रख छोटे पिंड च भी फिर कम चलूगा, ताही राज बराड़ तक इतनी लै लवे सरपंची सरकारी पैसा खावांगे। सो इस करके मुल्क की लोड़ है भी चोणां नूं गैर खर्चीला बनाया जाए, इन्हां नूं घट खर्चा जिहड़ा उस पासे नूं तोरिया जाए। असी एक बार चोण सुधार मुहिम चलाई सी, असी रखिया सी प्रपोजलां भी किवें चोण लड़नी चाहीदी है ताकि आम बंदे तक जाए, उहदी लोड़ हैगी आ। पर जिवें आम आदमी पार्टी अंदोलन चों निकली सी, पहली बार तो बिना पैसे बन गई ना, ਜਦੋਂ ਇਹਨੇ ਲੀਹ ਬਦਲ ਲਈ ਫਿਰ ਇਹ ਵੀ ਉਸੇ ਰਾਹ ਪੈ ਗਈ। ਜਿਹੜੇ ਕਹਿੰਦੇ ਸੀ ਨਵੇਂ ਨਵੇਂ ਪੈਸੇ ਦਾ ਹਿਸਾਬ ਦੇਵਾਂਗੇ, ਲੋਕਪਾਲ ਬਣਾਵਾਂਗੇ, ਕਿੱਥੇ ਗਿਆ ਲੋਕਪਾਲ, ਕਿੱਥੇ ਗਿਆ ਪੈਸੇ ਦਾ ਹਿਸਾਬ, ਹੁਣ ਪਤਾ ਹੀ ਨਹੀਂ ਲੱਗਦਾ ਕੌਣ ਕਿਹਦੀ ਜੇਬ ਕੱਟ ਕੇ ਕਿੱਧਰ ਨੂੰ ਲੈ ਗਿਆ। ਸੋ ਆਸ ਰੱਖਣੀ ਚਾਹੀਦੀ ਆ ਵੀ ਚੋਣਾਂ ਨੇ ਜਿਹੜੀਆਂ ਲੋਕਾਂ ਦੀਆਂ ਉਹ 'ਚ ਘੱਟ ਤੋਂ ਘੱਟ ਖਰਚਾ ਹੋਵੇ, ਤੇ ਵੱਡੇ ਸੁਧਾਰਾਂ ਦੀ ਲੋੜ ਆ। ਅਕਾਲੀ ਦਲ ਦੇ ਵਿੱਚ ਹਾਲ ਦੀ ਘੜੀ ਮੈਨੂੰ ਇਹ ਲੱਗਦਾ ਨਹੀਂ ਵੀ ਕੋਈ ਇਹੋ ਜਿਹੀ ਸ਼ਖਸੀਅਤ ਜਾਂ ਬੰਦਾ ਹੈਗਾ ਜਿਹੜਾ ਇਹਨੂੰ ਕੱਢ ਕੇ ਲੈ ਜਾਏ ਇਸ ਹਾਲਤ ਦੇ ਵਿੱਚੋਂ। हाँ कोई कट्ठे हो जाण, पर उहदे विचों गल तो यही है ना, वो जिवें रसूल हमजा तो उहने कहा सी थोड़ा बीते आ वर्तमान ते भविख आपस जुड़े ने, जे बीते तो गोली चलाओगे भविख तोप नाल फंडूगा। सो बीते दीआं गल्लां बदलनियां पैणगियां, मनणियां पैणगियां वी जो असीं कीता उहदा नतीजा आह निकलिया, इह किसी बंदे की गलती नहीं। इस करके बादल परिवार नूं बदल नालों बादलवाद नूं बदलण दी लोड़ आ, जिन्हें सारिया सिख संस्थावां ते अमरवेल वांगू छाया होया जान कढ रखी है सारिआं दी। तुसीं देखो दिल्ली कमेटी किधर गई, हरियाणा कमेटी किधर गई, ये सारा सारा वो बादलवाद की पहुँच है, जिन्हें आल इंडिया गुरद्वारा एक्ट नहीं बन दिता सी, एड्डी वड्डी गल सी वो आनंदपुर साहब के मते की मंग, आल इंडिया गुरद्वारा एक्ट बने, जस्टिस हरबंस सिंह ने खरड़ा तैयार करके वाजपेई सरकार नूं देता, वाजपेई सरकार ने मन के हेठा राय करन लई भेजता। टौड़ा साहब मैनूं दसदे सी, कहिंदा मैं कहा बादल साहब आप करो फिर हुणे कम, आल इंडिया गुरद्वारा एक्ट बनता, सारी सिख शक्ति इकट्ठी हो जानी है। मैनू कहिंदे भाऊ, मैनू कहिंदा कदे उहनूं भाऊ कहिंदे सी, उहनां दे कहिंदा आपां नूं की मिलू, क्योंकि उहदे विच जिहड़ा केंद्री बोर्ड बनना सी उह फैडरल बनना सी, उह च पंजाब दी वी उन्नी ताकत, हरियाणा दी वी उन्नी ताकत, उह सारी कुछ बननी सी। फिर इहनां दी जिहड़ी इह गल सी अकाल तख्त ते तख्तां दी शक्ति वधणी सी, क्योंकि उह फिर सारिआं दे होणे सी, हुण तां इही नियुक्त करदे ने ना, इही हटाउंदे ने, उन्होंने सेवा शर्त नहीं बनाई इन्ने साल नहीं, चलो एक वक्रा मसला होर पास जा रहा। सो मैं कोई हाले आस नहीं लगती अकाली दल के उभर की रत्न। लास्ट सवाल है जी, एक पासे हुण पटवारियों नाल कड़िकी फस गई पंजाब सरकार की, भगवंत मान वर्सिज हो गया, सिद्धम सिद्धे हो गए पटवारी, उधरले पासे पंचायत वाला मामला, हालांकि वो कोर्ट के ऑर्डर आ गए वो वापस लेना पिया, उत्थे तुहानू लगदा भी पंजाब के मुख्यमंत्री भी वो मुख्यमंत्री वाला सिस्टम जा के किवें होई जांदा कि अफसरशाही कुछ गड़बड़ जी कर रही है? नहीं नहीं, असल च भगवंत मान कोले पंजाब दे संकट की है इहनूं हल करन दा कोई नज़रिए नहीं, इन्हां ने तो चोण मैनीफेस्टो भी नहीं जारी किया। इन्हां ने पंजाब दे संकट, खेती संकट की आ, रुजगार का संकट की आ, बाहर जाण दा संकट की आ, इत्थों वाघा बार्डर क्यों नहीं खोलिया जा रहा, इन्ने हवाई अंतरराष्ट्रीय हवाई अड्डे बनाते अद्धा पंजाब उड़िया फिरदा, उड़ान इत्थों कोई नहीं हैगी। इन्हां ने मसले विचारे ही नहीं, इह गरंटियां दी सियासत सी। भगवंत मान दा हाल तां होया जिवें चिड़ी ना इक बनेरे ते बिठ करदी आ, आले दुआले झाकदी आ भी देख लिया, अगले देखदे आ भी इहने की कीता, फुर दूजे बनेरे ते। हुण हड़ां दा संकट बहुत वड्डा सी, जिवें इहने फुकरियां मारियां, मुर्गी दे पहे दों, बकरी दे पहे दों, झोना लवाई दे पहे दों, कद्दू दे पहे दों, आ पहे दों, कित्थों पैसा दित्ता कित्थे आ जी, 186 करोड़ जारी किया। फिर यह संकट च फसे हुआ सी बुरी तरह, यह इहनां दी सिफत आ जी, जदों एक थां ते फसदे ने ना, एक नवां गुबारा फिर छड्ड दिंदे ने। पटवारियों नाल पंगा लैण वाली किहड़ी गल सी जी, फिर सारा झूठ बोलदा भी वह रिश्वतखोरां नूं बचाउंदे ने, रिश्वतखोर बै जी सारे महकमियां च,
ਜਿਹੜਾ ਕਹਿੰਦੇ ਸੀ ਨਾ ਅਸੀਂ ਸਿਆਸਤ ਕਰਨ ਨਹੀਂ ਆਏ ਸਿਆਸਤ ਬਦਲਣ ਆਏ ਆ। ਕਿੱਥੇ ਬਦਲਤੀ ਸਿਆਸਤ ਜੀ? ਜੇ ਅੱਜ ਕਲੈਕਟਰ ਰੇਟ 50 ਲੱਖ ਆ ਜੀ ਏਕੜ ਦਾ, ਤੁਹਾਨੂੰ ਪਤਾ ਸੌਦਾ 1 ਕਰੋੜ ਦਾ ਹੋ ਰਿਹਾ, ਫੀਸ ਤੁਹਾਡੀ 9% ਆ ਤੇ 50 ਲੱਖ ਸਿੱਧਾ ਤੁਹਾਨੂੰ ਪਤਾ ਬਚਾਇਆ ਜਾ ਰਿਹਾ। ਉਹ 'ਚ ਹਿੱਸਾ ਪੈਂਦਾ ਨਾ ਫਿਰ, ਉਹ 'ਚ ਰਜਿਸਟਰੀ ਕਰਾਉਣ ਵਾਲੇ ਦਾ ਵੀ ਫਾਇਦਾ ਹੁੰਦਾ, ਕਰਨ ਵਾਲੇ ਵੀ ਪੈਸੇ ਲੈਂਦੇ ਨੇ, ਉਹ 'ਚ ਸਾਰਾ ਕੁਛ ਚੱਲਦਾ। ਜੇ ਤੁਸੀਂ ਸਾਰੇ ਸਮਾਗਮਾਂ ਦਾ ਖਰਚਾ ਪਟਵਾਰੀਆਂ 'ਤੇ ਪਾਉਂਦੇ ਹੋ, ਸਿਆਸਤਦਾਨਾਂ 'ਤੇ, ਪਟਵਾਰੀਆਂ ਨੇ ਤਨਖਾਹ 'ਚੋਂ ਦੇਣਾ, ਠੀਕ ਹੈ ਹਰਿਸ਼ਵਤ ਉਹਨਾਂ ਦੇ ਹੱਡਾਂ 'ਚ ਰਚ ਗਈ, ਅਗਲਾ ਕਹਿੰਦਾ 2 ਲੱਖ ਉੱਤੇ ਦਿੰਦੇ ਹਾਂ, 50 ਹਜ਼ਾਰ ਆਪਣੀ ਜੇਬ 'ਚ ਵੀ ਪੈ ਜਾਂਦਾ, ਉਹਨਾਂ ਨੂੰ ਸੁਧਾਰਨਾ ਪੈਣਾ ਆਪਣੇ ਆਪ ਨੂੰ। ਪਰ ਤੁਸੀਂ ਕਿਸੇ ਅੰਦੋਲਨ ਨੂੰ ਇਹ ਕਹਿ ਕੇ ਵੀ ਇਹ ਕਰਪਟ ਬੰਦੇ ਨੇ ਉਹਨਾਂ ਦੇ ਖਿਲਾਫ ਲੋਕਾਂ ਨੂੰ ਉਭਾਰਨ ਵਾਲਾ, ਬਹੁਤ ਟ੍ਰੈਂਡ ਗਲਤ ਆ। ਤੁਸੀਂ ਦੇਖ ਲਓ ਕਿਸਾਨ ਪਿੰਡਾਂ ਨੂੰ ਨਿਕਲਣ ਦਿੱਤੇ, ਕੁੱਟਦੇ ਨਾ ਉਸੇ ਭਗਵੰਤ ਮਾਨ ਨੇ, ਅਤੇ ਕਹਿੰਦਾ ਜਿੱਥੇ ਮਰਜ਼ੀ ਧਰਨਾ ਲਾ ਲੈਂਦੇ ਨੇ, ਕਹਿੰਦਾ ਮੁੱਦਾ ਨਹੀਂ ਇਹ ਦੇਖਦੇ, ਕਹਿੰਦਾ ਥਾਂ ਦੇਖਦੇ ਨੇ ਵੀ ਕਿਹੜੀ ਵਧੀਆ ਜੀ ਥਾਂ ਆਪਾਂ ਧਰਨਾ ਕਿੱਥੇ ਲਾਈਏ। ਮਤਲਬ ਤੁਸੀਂ ਉਹ ਕਹਿੰਦੇ ਨਾ ਤੂੰ ਤੇ ਤੇਰੀ ਤੋਰ ਬਦਲ ਗਈ, ਬਦਲੇ ਤੇਰੇ ਦੀਦੇ ਨਹੀਂ, ਉਹ ਹਾਲ ਆ ਭਗਵੰਤ ਮਾਨ ਦਾ। ਸੋ ਇਹ ਉਦੋਂ ਬਾਅਦ ਪਟਵਾਰੀ ਵਾਲੀ ਗੱਲ, ਹੁਣ ਮੈਨੂੰ ਇਹ ਦੱਸੋ ਉਹ ਮਾਨਸਾ ਜ਼ਿਲ੍ਹੇ 'ਚ ਗਿਆ ਸੀ ਨਾ, ਗੁਰਦੌਰੀ ਤੋਂ ਪਹਿਲਾਂ ਪੈਸੇ ਤੁਹਾਡੇ ਅਕਾਊਂਟ 'ਚ ਹੋਣਗੇ, ਕੋਈ ਤੱਤ ਹੈ ਇਸ ਗੱਲ ਦਾ? ਹੁਣ ਪਟਵਾਰੀ ਨਾਲ ਪੰਗਾ ਪਾਤਾ, ਹੁਣ ਗੁਰਦੌਰੀ ਕਿਵੇਂ ਹੋਊ ਜੀ? ਮੈਨੂੰ ਇਹ ਦੱਸੋ, ਇਹ ਤਾਂ ਪਟਵਾਰੀ ਨੇ ਸਿਆਣਪ ਕੀਤੀ, ਉਹਨਾਂ ਨੇ ਕਿਹਾ ਹੜ੍ਹਾਂ ਨਾਲ ਸੰਬੰਧਿਤ ਕੰਮ ਅਸੀਂ ਸਾਰੇ ਹਲਕਿਆਂ ਦਾ ਕਰਾਂਗੇ। ਬਹੁਤ ਚੰਗੀ ਸਿਆਣਪ ਵਾਲਾ ਫੈਸਲਾ ਜਿਹੜਾ ਉਹਨਾਂ ਨੇ ਇਹ ਕੀਤਾ, ਤਾਂ ਕਿ ਇਹਨੂੰ ਬਹਾਨਾ ਨਾ ਮਿਲੇ ਵੀ ਹਾਲੇ ਤਾਂ ਗੁਰਦੌਰੀ ਨਹੀਂ ਜੀ ਹੋਈ। 70% ਸੀਟਾਂ ਖਾਲੀ ਨੇ ਬਾਈ ਜੀ ਪਟਵਾਰੀ ਦੀਆਂ। ਸੋ ਇਹ ਇੱਕ ਕੜਕੀ 'ਚੋਂ ਨਾ ਨਿਕਲਣ ਲਈ ਇੱਕ ਨਵੀਂ ਕੜਕੀ 'ਚ ਫਸਦਾ ਜਾ ਰਿਹਾ। ਉਹੀ ਪੰਚਾਇਤਾਂ ਵਾਲੀ ਕੜਕੀ ਸੀ, ਪੰਚਾਇਤਾਂ ਵਾਲੀ ਕੜਕੀ ਇਹ ਸੀ ਵੀ ਸਾਰੀਆਂ ਪੰਚਾਇਤਾਂ ਆਪਣੀਆਂ ਬਣਾਓ, ਅਤੇ ਉਹ ਇਹੋ ਜਿਹੀ ਪੁੱਠੀ ਪਈ। ਇੱਕ ਤਾਂ ਇਹਦਾ ਕੁਫਰ ਸਾਹਮਣੇ ਆ ਗਿਆ ਵੀ ਝੂਠ ਕਿੰਨਾ ਬੋਲਦਾ ਇਹ, ਆਪਣੇ ਕਸੂਰ ਦਾ ਦੂਜੇ ਨੂੰ ਬਲੀ ਦਾ ਬੱਕਰਾ ਬਣਾਉਂਦਾ ਜਿਵੇਂ ਅਫਸਰ ਬਣਾਏ ਨੇ ਪਾਰਟੀ ਦੇ ਵਿੱਚ ਵੀ ਪਏ ਜੀ। ਕੇਜਰੀਵਾਲ ਦੇ ਕੁਹਾੜੇ ਦਾ ਦਸਤ ਹੀ ਬਣਿਆ ਇਹ, ਛੱਡਿਆ ਨਾ ਕੋਈ ਬੰਦਾ ਜਿਹੜਾ ਸਵਾਲ ਕਰਨ ਵਾਲਾ ਹੋਵੇ, ਅੱਖ ਚੱਕ ਪਾਉਣ ਵਾਲਾ ਹੋਵੇ ਜਾਂ ਵੱਖਰੀ ਰਾਏ ਰੱਖਣ ਵਾਲਾ ਹੋਵੇ, ਐਨ ਬਣਾ ਲਿਆ ਕਹਿੰਦੇ ਜਿਵੇਂ ਗਲੀਆਂ ਹੋਵਣ ਸੁੰਨੀਆਂ ਵਿੱਚ ਮਿਰਜ਼ਾ ਯਾਰ ਫਿਰੇ, ਮੁੜ ਕੇ ਰੁੱਸ ਕੇ ਬਹਿ ਗਿਆ ਵੀ ਮੈਨੂੰ ਮੁੱਖ ਮੰਤਰੀ ਦਾ ਐਲਾਨ ਕਰੋ, ਫਸਿਆ ਹੋਇਆ ਸੀ ਕੇਜਰੀਵਾਲ ਨੂੰ ਕਰਨਾ ਪੈ ਗਿਆ। ਉਹ ਚਲ ਵੱਖਰੀ ਗੱਲ ਆ ਵੀ ਪੰਜਾਬ ਸਰਕਾਰ ਧਾੜਵੀਆਂ ਦੀ ਟੋਲੀ ਉਹ ਚਲਾ ਰਹੀ ਹੈ। ਐਲ ਜੀ ਜਦੋਂ ਉਹਦੇ ਹੱਥ 'ਚ ਤਾਕਤ ਆਈ ਹੈ, 400 ਤੋਂ ਉੱਤੇ ਕੰਸਲਟੈਂਟ ਸਲਾਹਕਾਰ ਉਹਨੇ ਕੱਢੇ ਨੌਕਰੀ ਤੋਂ, ਹਰ ਇੱਕ ਥਾਂ 'ਤੇ ਆਪਦਾ ਬੰਦਾ ਫਸਾਇਆ ਹੋਇਆ ਸੀ 1-1.5 ਲੱਖ 'ਤੇ। ਉਹੀ ਹਾਲ ਪੰਜਾਬ 'ਚ, ਹਰ ਇੱਕ ਅਫਸਰ ਦੇ ਨਾਲ, ਹਰ ਇੱਕ ਮੰਤਰੀ ਦੇ ਨਾਲ, ਹਰ ਇੱਕ ਵਿਧਾਇਕ ਦੇ ਨਾਲ, ਮੁੱਖ ਮੰਤਰੀ ਦੇ ਨਾਲ ਧਾੜਵੀ ਤੋਤਾ ਬੈਠਾ, ਫੈਸਲੇ ਉਹ ਕਰਾ ਰਹੇ ਨੇ। ਉਹਨਾਂ ਨੂੰ ਪਤਾ ਨਹੀਂ ਪੰਜਾਬ ਦੀ ਹਾਲਤ ਦਾ ਕੀ ਆ, ਜਿਹਦੇ ਕਰਕੇ ਥੁੱਕ ਚੱਟ। ਹੁਣ ਤਾਂ ਮੈਨੂੰ ਕਿਸੇ ਨੇ ਕਿਹਾ, ਕਹਿੰਦਾ ਹੁਣ ਪੰਜਾਬ ਸਰਕਾਰ ਕਹਿਣ ਦੀ ਤਾਂ ਯੂ-ਟਰਨ ਵਾਲੀ ਸਰਕਾਰ ਕਹਿ ਲਿਆ ਕਲੀਮ ਅਲੀ ਸਾਹਿਬ, ਮੈਨੂੰ ਤਾਂ ਜੱਚਦਾ। ਉਹ ਕਿੰਨੀਆਂ ਯੂ-ਟਰਨੀਆਂ ਗਣਾਈਆਂ ਉਹਨੇ, ਉਹ ਜਿਹੜਾ ਉਹ ਰੇੜੀ ਜਗਾੜ ਰੇੜੀ ਵਾਲੀ ਪਹਿਲੀ ਕੀਤੀ ਸੀ, ਵੱਡਾ ਫੈਸਲਾ, ਮਤਲਬ ਛਿੱਕ ਵੀ ਮਾਰਦੇ ਨੇ ਨਾ, ਵੱਡਾ ਫੈਸਲਾ, ਲੱਖਾਂ ਦੇ ਇਸ਼ਤਿਹਾਰ, ਸੁਪਨਾ ਆ ਜਾਂਦਾ ਕੋਈ, ਆਉਣ ਵਾਲੇ ਸਮੇਂ 'ਚ ਦੇ ਰਿਹਾ ਤੁਹਾਨੂੰ ਬੜੀ ਵੱਡੀ ਖੁਸ਼ਖਬਰੀ, ਲੱਖਾਂ ਦੇ ਇਸ਼ਤਿਹਾਰ, ਖੁਸ਼ਖਬਰੀ ਨਿਕਲਦੀ ਕੀ ਆ, ਪੁੱਟੇ ਆ ਪਹਾੜ ਨਿਕਲ ਆ ਚੁਗਾ। ਸੋ ਇੰਨੀਆਂ ਜਿਹੀਆਂ ਗੱਲਾਂ ਨੇ, ਮਤਲਬ ਇਹ ਤਾਂ ਪੰਜਾਬ ਦੇ ਲੋਕਾਂ ਨੂੰ ਇਹ ਠੀਕ ਆ, ਲੋਕ ਉਖੇੜ 'ਤੇ ਬੁਨਿਆਦੀ ਤੌਰ 'ਤੇ ਸਾਰਿਆਂ ਦਾ ਕਸੂਰ ਆ। ਮੈਂ ਨਹੀਂ ਕਹਿੰਦਾ ਵੀ ਸਿਆਸੀ ਪਾਰਟੀਆਂ, ਲੋਕਾਂ ਨੂੰ ਮੁੜ ਸੋਚਣ ਦੀ ਲੋੜ ਆ ਵੀ ਤੁਹਾਨੂੰ ਜਿਹੜਾ ਮੈਂ ਇੱਕ ਸੈਮੀਨਾਰ 'ਚ ਕਿਹਾ ਸੀ, ਮੈਂ ਜਿਹੜੀ ਪੰਜਾਬ ਦੀ ਇੱਕ ਬੋਲੀ ਆ ਨਾ, ਉਹ ਉਸ ਸਮੇਂ ਦਾ ਸੱਚ ਦਿਖਾਉਂਦੀ ਸੀ, ਬੋਦੀ ਵਾਲਾ ਤਾਰਾ ਚੜ੍ਹਿਆ ਘਰ ਘਰ ਹੋਣ ਵਿਚਾਰਾ, ਕੁੱਝ ਲੁੱਟ ਲਈ ਮੈਂ ਪਿੰਡ ਦੇ ਪੰਚਾਂ, ਕੁੱਝ ਲੁੱਟ ਲਈ ਸਰਕਾਰਾਂ, ਗਹਿਣਾ ਗੱਟਾ ਮਾਪਿਆਂ ਲਾ ਲਿਆ, ਰੂਪ ਹੰਢਾ ਲਿਆ ਯਾਰਾਂ, ਭੇਡਾਂ ਚਾਰਦੀਆਂ ਬੇਕਦਰਿਆਂ ਦੀਆਂ ਨਾਰਾਂ। ਬਾਈ ਜੀ ਲੋਕਾਂ ਦਾ ਹਾਲ ਬੇਕਦਰਿਆਂ ਦਾ ਦੀਆਂ ਨਾਰਾਂ ਵਰਗਾ ਹੋਇਆ ਹੋਇਆ, ਨਾਰਾਂ ਸ਼ਬਦ ਤੋਂ ਮਤਲਬ ਤਕਨੀਕੀ ਭਾਵ ਨਹੀਂ, ਜਾਣੀ ਬੇਬਸ ਲਾਚਾਰ, ਕੋਈ ਵਾਲੀ ਵਾਰਸ ਨਹੀਂ ਦੇਖਦਾ। ਸੋ ਉਹੀ ਹਾਲਤ ਅੱਜ ਬਣੀ ਹੋਈ, ਅਤੇ ਬੋਦੀ ਵਾਲਾ ਤਾਰਾ ਦਿੱਲੀ 'ਚ ਚੜ੍ਹ ਰਿਹਾ, ਵਨ ਨੇਸ਼ਨ ਵਨ, ਉਹ ਸਪੈਸ਼ਲ ਸੈਸ਼ਨ ਸੱਦ ਲਿਆ ਲੋਕ ਸਭਾ ਦਾ, ਪਤਾ ਨਹੀਂ ਹੁਣ ਕਿਹੜੀ ਕੀ ਅੱਗ ਨਾਲ ਖੇਡੂਗਾ ਇਹ। ਮਲੀ ਜੀ ਤੁਸੀਂ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ।